ਵਾਹਿਗੁਰੂ ਸਾਹਿਬ ਜੀਉ ਬਿਲਾਵਲ ਮਹਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਪਰਵਾਨ ਐਸਾ ਨਾਮ ਨਿਰੰજન ਦੇਉ ਹਉ ਜਾਚਕ ਤੂੰ ਅਲਖ ਅਭੇਉ ਰਹਾ ਮਾਇਆ ਮੁਹ ਤਰਕਟੀ ਨਾਲ ਪੁੰਡੀ ਕਾਮਣ ਕਾਮਣਿਆਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੈ ਚਾਨਣ ਅੰਧਿਆਰ ਚਖ ਛੋੜੀ ਸਹਸਾ ਨਹੀਂ ਕੋਏ ਬਾਪ ਦਿਸੈ ਵੇ ਜਾਤ ਨਾ ਹੋਏ ਏਕ ਏਕ ਕਉ ना ही कोए करता करे करावै सोए शब्द मुए मन मन ते मारिया ठाक रहे मन साच है तारिया अवर न सूझ वारिया नानक नाम रते निस्तारिया शब्द मुए मन मनते मारे ठाक रहे मन साच है तुहारिया अवर न सूझ है गुरकौ नानक नाम रते वाहे गुरु जी का खालसा गुरु जी की फतेह <coughs> जुगो झुगो टल ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸ਼ਾਮ ਸਮੇਂ ਸਤਸੰਗਤ ਦੀਆਂ ਕੜੀਆਂ ਅਸੀਂ ਮਾਣ ਰਹੇ ਹਾਂ ਇਸ ਸਮਾਂ ਲੜੀਵਾਰ ਗੁਰੂ ਸ਼ਬਦ ਵਿਆਖਿਆ ਦਾ ਹੈ ਇਸ ਵਿੱਚ ਬਿਲਾਵਲ ਰਾਗ ਦਾ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਨ ਕੀਤਾ ਗਿਆ ਸ਼ਬਦ ਸਾਨੂੰ ਪ੍ਰਾਪਤ ਹੈ ਬਿੱਤੇ ਕੋਈ ਦੋ ਕਰੋਸ ਅਸੀਂ ਇਸ ਸ਼ਬਦ ਦੇ ਨਾਲ ਲਗਾਏ ਨੇ ਐਂਡ ਸਟਿਲ ਵੀ ਆਰ ਆਲਮੋਸਟ ਨੇ ਬਿਗਨਿੰਗ ਆਫ ਥਿਸ ਸ਼ਬਦ देयर आर ਸਮ ਐਗਜ਼ਾਮਪਲਸ ਮੈਟਾਫੋਰਸ ਵਿਚ ਬਾਬਾ ਜੀ ਇਜ਼ ਪ੍ਰੈਜ਼ੈਂਟਿੰਗ ਇਨ ਥਿਸ ਸ਼ਬਦ ਐਂਡ ਵੀ ਆਰ ਟ੍ਰਾਈਂਗ ਟੂ ਅੰਡਰਸਟੈਂਡ ਦੋਸ ਥਿੰਗ ਇਨ ਅ ਵੈਰੀ detailed way so that's why it is taking time but today we'll try to explain the whole shabad so let's start with the, rahao da pada and then we'll keep on moving aisa naam niranjan deo ho jachak tu alakh bheo rahao us paripurna hasti nu no, jo ਮੇਰੇ ਤੁਹਾਡੇ ਸਭ ਦੇ ਵਿੱਚ ਹੈ ਸਭ ਨੂੰ ਸਿਰਜ ਰਹੀ ਹੈ ਸਭ ਜਗ੍ਹਾ ਤੇ ਮੌਜੂਦ ਹੈ ਉਸ ਨੂੰ ਸਾਡੀ ਸੁਰਤ ਥਾਟ ਦੇ ਲੈਵਲ ਤੇ ਤੇ ਐਕਸਪੀਰੀਅੰਸ ਦੇ ਲੈਵਲ ਤੇ ਕਿਵੇਂ ਪਕੜੇ ਉਹਦੇ ਲਈ ਜਿਹੜੀ ਚੀਜ਼ ਹੈਲਪ ਕਰ ਸਕਦੀ ਹੋਇਆ ਨਾਮ ਨਿਰੰਜਨ ਐਸਾ ਗਿਆਨ ਐਸੀ ਸਮਝ ਐਸੀ ਜੀਵਨ ਜਾਂਚ ਐਸੀ ਸੋਝੀ ਜੋ ਤੁਹਾਨੂੰ ਇਸ ਸੰਸਾਰ ਦੇ ਅੰਜਨ ਵਿੱਚ ਨਿਰੰਜਨ ਵੇਖਣ ਦੀ ਜਾਤ ਸਿਖਾਏ ਉਹ ਅਸਲ ਦਿਓ ਹੈ ਅਸਲ ਡਿਵਾਈਨ ਹੈ ਗੁਰੂ ਨਾਨਕ ਸਾਹਿਬ ਉਹਦੀ ਬਾਤ ਕਰਦੇ ਐਸਾ ਨਾਮ ਨਿਰੰਜਨ ਦਿਓ ਫਿਰ ਕਿਆ ਹਾਂ ਜਾਚਕ ਤੂੰ ਅਲੱਖ ਭੇਉ no doubt ਅਗੇਨ ਬਾਤ ਕੀਤੀ ਜਾਏ ਨਾ ਤੇ ਕਿਸੇ ਤਰ੍ਹਾਂ ਦਾ ਵੀ ਸਾਡਾ ਲਾਈਫ ਸਟਾਈਲ ਆ ਕਿਸੇ ਤਰ੍ਹਾਂ ਦਾ ਵੀ ਸਾਡੇ ਆਈਡੀਅਲਸ ਨੇ ਕਿਸੇ ਤਰ੍ਹਾਂ ਦਾ ਵੀ ਸਾਡਾ ਸਾਡੇ ਏਮਸ ਨੇ ਜੀਵਨ ਦੇ ਗੋਲਸ ਨੇ ਅਸੀਂ ਐਂਬੀਸ਼ੀਅਸ ਆ ਕਿਸੇ ਚੀਜ਼ ਵਾਸਤੇ ਹਰ ਚੀਜ਼ ਨੂੰ ਜਿਹੜੀ ਚੀਜ਼ ਬੈਕਅਪ ਕਰਦੀ ਹੈ ਜਿਹੜੀ ਚੀਜ਼ ਉਹਨੂੰ ਸਪੋਰਟ ਕਰਦੀ ਹੈ ਜਿਹੜੀ ਚੀਜ਼ ਉਸਨੂੰ ਉਸ ਲੈਵਲ ਤੇ ਲਿਆਉਂਦੀ ਹੈ ਉਹ ਕੀ ਥਿਉਰੀ ਹੈ ਤੇ ਉਹ ਥਿਉਰੀ ਫਿਰ ਡੀਪ ਲੈਵਲ ਤੇ ਫਿਰ ਉਹਦੀ ਕੋਈ ਐਂਸਟੈਸ਼ੀਅਰ ਸਾਈਡ ਤੋਂ ਕੁਝ ਹਿਸਟੋਰੀਕਲ ਸਾਈਡ ਤੋਂ ਕੁਝ ਸਾਡੇ ਪ੍ਰੀਵੀਅਸ ਐਕਸਪੀਰੀਅੰਸ ਵਾਲੇ ਸਾਈਡ ਤੋਂ ਉਹਦੇ ਨਾਲ ਉਹਦਾ ਰਿਲੇਸ਼ਨ ਹੈ ਐਂਥਰੋਪੋਲੋਜੀ ਸਾਈਟ ਤੋਂ ਤੁਸੀਂ ਇਸ ਤਰੀਕੇ ਨਾਲ ਦੇਖਦੇ ਹੋ ਉੱਥੇ ਇਹ ਸਚਾਈ ਹੈ ਕਿ ਜੋ ਰੱਬ ਦਾ ਤਸਵੂਰ ਆ ਜੋ ਗੋਡ ਕ੍ਰੀਏਟਰ ਅੱਲਾ ਗੋਬਿੰ ਐਨੀ ਸੋਰਟ ਆਫ ਨਾਮ ਜਿਸ ਤਰੀਕੇ ਨਾਲ ਹੈ ਇਹ ਬੰਦੇ ਦੀ ਜ਼ਹਿਨੀਅਤ ਇਸ ਤੇ ਹੈ ਤੇ ਬੰਦਾ ਪੁਸ਼ਤਾ ਤੋਂ ਕੈਰੀ ਕਰ ਰਿਹਾ ਨਾਲ ਪਰ ਉਸ ਦੀ ਐਕਸਪਲੇਨੇਸ਼ਨ ਜਿਹੜੀ ਹੈ ਉਹ ਥਿਉਰੀਜ਼ ਤੇ ਬੇਸ ਕਰਦੀ ਹੈ ਕੁਝ ਥਿਉਰੀਜ਼ ਐਸੀਆਂ ਨੇ ਜਿਹੜੀਆਂ ਆ ਬੰਦੇ ਨੂੰ ਨੌਨਸੈਂਸ ਲੱਗਦੀਆਂ ਨੇ ਸਮ ਰੀਲੀ ਮੇਕਸ ਸੈਂਸ ਟੂ ਹਿਊਮਨ ਬੀਇੰਗ ਬਾਬਾ ਜੀ ਬਿਆਨ ਕਰਦੇ ਗੱਲ ਇਹ ਹੈ ਕਿ ਨਾ ਕੋਈ ਪੂਰੀ ਤਰ੍ਹਾਂ ਪ੍ਰੂਵ ਕਰ ਸਕਦਾ ਨਾ ਕੋਈ ਪੂਰੀ ਤਰ੍ਹਾਂ ਇਹਨੂੰ ਡਿਨਾਈ ਕਰ ਸਕਦਾ ਇਹ ਤੇ ਬਲੀਵ ਤੇ ਖੜੀਏ ਚੀਜ਼ ਗੱਲ ਇਹ ਹੈ ਅਲੱਖ ਵੀ ਹੈ ਤੇ ਅਭੇਉ ਵੀ ਹੈ ਨਾ ਤੇ ਦਿਸਦਾ ਹੈ ਨਾ ਉਹ ਦਾ ਕੁਪੀਤ ਪੈਂਦਾ ਪਰ ਜਦੋਂ ਤੁਸੀਂ ਉਹਦੇ ਯਾਚਕ ਰੂਪ ਦੇ ਵਿੱਚ ਤੇ ਇਹ ਯਾਚਨਾ ਕਿਸੇ ਮੂਰਤੀ ਅੱਗੇ ਨਹੀਂ ਹੈ ਕਿਸੇ ਖਾਸ ਧਰਮ ਜਗਾ ਤੇ ਵੀ ਨਹੀਂ ਹੈ ਇਹ ਯਾਚਨਾ ਤੇ ਆਪਣੀ ਆਪ ਨਾਲ ਹੈ ਜਿਵੇਂ ਤੁਸੀਂ ਉਸ ਨਾਤੇ ਨੂੰ ਸਥਾਪਿਤ ਕਰਦੇ ਹੋ ਤੇ ਫਿਰ ਉਹ ਨਾਮ ਨਿਰੰਜਨ ਦਿਓ ਸਮਝ ਆਉਂਦਾ ਆ ਇਹਦੇ ਮੁਕਾਬਲ ਤਨ ਜਿਹੜੀਆਂ ਚੀਜ਼ਾਂ ਲੋਕਾਂ ਨੇ ਅਡਾਪਟ ਕੀਤੀਆਂ ਅੰਡਰ ਦਾ ਇਮਪ੍ਰੈਸ਼ਨ ਆਫ ਰਿਲੀਜੀਅਨ ਔਰ ਸਪਿiritual ਕਾਈਂਡ ਆਫ so professional understanding baba ji have talked about them too here ik tisika ki maya muh trk dinar pundi kaman kamne yar bete kal asi baat kar rahe si ik aisa vihar jida hypocrisy nu janm denda ya jinne log ajj vi tonu dharm mandir ch milange dharm dharmik akhwan wale milange dharmik hon da daava karnge ona dharm nahi hai society de vich fir kehna payega there somehow somewhere hippocrates so eh jaddi cheez ya isnu baba ji kende ki jaddi virti nahi badli virti maya moh hai tasiya truktinar pundi kaman kamne yar kaman kamne yar kaman ekamana da matlab kamni feminine gender kaman da matlab hai tune jo khas kisam de naal lok ki ਕਿਸੇ ਨੂੰ ਆਪਣੇ ਵਾਸਤੇ ਕਰਨ ਵਾਸਤੇ ਕਿਸੇ ਦਾ ਨੁਕਸਾਨ ਕਰਨ ਵਾਸਤੇ ਇਸ ਤਰੀਕੇ ਦੇ ਨਾਲ ਕੁਝ ਕੰਮ ਕਰਦੇ ਤੇ ਪੁਰਾਣੇ ਸਮੇਂ ਤੋਂ ਰਿਆ ਇਸਤਰੀਆਂ ਨੂੰ ਖਾਸ ਕਰਕੇ ਟੂਨੇ ਕਰਨ ਦੇ ਉੱਤੇ ਇਹਦੇ ਇਸ ਕਿਸਮ ਦੇ ਨਾਮ ਮਿਲਦੇ ਸਮਾਜ ਵਿੱਚ ਜੇ ਆਪਾਂ ਫੈਮਿਨਨ ਸਾਈਕੋਲੋਜੀ ਤੇ ਚਲੇ ਜਾਈਏ ਤੇ ਉਹਦਾ ਕਾਰਨ ਇਹ ਹੈ ਕਿਉਂਕਿ ਉਹਨਾਂ ਦੇ ਕੋਲ ਹੋਰ ਕੋਈ ਪੋਜੀਸ਼ਨ ਨਹੀਂ ਹੁੰਦੀ ਉਹਨਾਂ ਕੋਲ ਨਾ ਤੇ ਫੈਮਿਲੀ ਚ ਵੋਇਸ ਹੋਣ ਦੀ ਕੋਈ ਸੁਣਦਾ ਆ ਨਾ ਉਹਨਾਂ ਨੂੰ ਸੁਸਾਇਟੀਜ਼ ਤੇ ਜਗ੍ਹਾ ਹੀ ਕਿੱਥੇ ਮਿਲੇਗੀ ਸੁਸਾਇਟੀ ਤੇ ਅੱਜ ਅਸੀਂ ਇਹਨੇ ਫੈਮਿਨਿਜ਼ਮ ਦੀ ਗੱਲ ਸੁਣਦੇ ਆ ਸਭ ਚੀਜ਼ਾਂ ਸੁਣਦੇ ਆ ਤੇ ਬਾਵਜੂਦ ਵੀ ਤੁਸੀਂ ਦੇਖ ਲਓ ਕਿੰਨੇ ਕਿੰਨੀਆਂ ਕੋਨਾ ਕੋਲ ਉੱਥੇ ਜਿਹੜੇ ਇਹਨਾਂ ਪੋਜੀਸ਼ਨ ਤੇ ਕੀ ਕੁਝ ਹੈ ਆਰਟੀਚ ਲੂਣ ਵੀ ਨਹੀਂ ਹੈਗਾ ਨਾਥਿੰਗ ਇਹ ਸਿਰਫ ਯਾ ਲਿਪ ਸਰਵਿਸ ਯਾ ਯਾ ਉਪਰ ਉਪਰ ਪੇਪਰਸ ਦੇ ਵਿੱਚ ਹੈ ਇਨਡੀਡ ਪਤਾ ਲੱਗੇਗਾ ਕਿ ਇਹ ਮੈਨ ਵਾਰਲਡ ਆ ਇਹ ਮੰਦੀ ਚਲਾਉਂਦੇ ਨੇ ਦੁਨੀਆ ਸਾਰੀ ਇਹਦੇ ਉੱਤੇ ਗੱਲ ਮੁੱਕਦੀ ਆ ਆਖੇ ਫਿਰ ਜਿੱਥੇ ਘਰਾਂ ਥਾਵਾਂ ਪਰਿਵਾਰਾਂ ਜਿੱਥੇ ਉਹਦੀ ਜਗ੍ਹਾ ਹੀ ਕੋਈ ਨਹੀਂ ਫਿਰ ਕੀ ਹੋਏਗਾ ਫਿਰ ਕੋਈ ਇੱਕੋ ਤਰੀਕਾ ਬਚਦਾ ਆਪਣੀ ਮਨਮਰਜ਼ੀ ਪੂਗਾਉਣ ਦਾ ਹੋ ਸਕਦਾ ਕੋਈ ਸੁਪਰਫਿਸ਼ੀਅਲ ਪਾਵਰ ਕੋਈ ਸੁਪਰਨੈਚੁਰਲ ਪਾਵਰ ਮੇਰੀ ਹੈਲਪ ਕਰ ਦੇ ਸੋ ਮੈਂ ਉਹਦੇ ਅੱਗੇ ਕੁਝ ਆਪਣੇ ਆਪ ਨੂੰ ਰੱਖਦੀ ਆ ਇੱਥੋਂ ਫਿਰ ਟੂਣੇ ਆਉਂਦੇ ਨੇ ਇਹ ਚੀਜ਼ਾਂ ਆਉਂਦੀਆਂ ਨੇ ਤੇ ਇਹ ਜ਼ਰੂਰੀ ਨਹੀਂ ਸਤਰੀਆਂ ਕਰਨ ਬੰਦੇ ਵੀ ਬਹੁਤ ਕਰਦੇ ਨੇ ਪਰ ਗੁਰੂ ਬਾਬਾ ਜੀ ਕਹਿੰਦੇ ਜਿਵੇਂ ਉਸ ਆ ਭੁੰਡੀ ਕਾਮਣ ਕਾਮਣ ਯਾਰ ਜਿਵੇਂ ਉਹ ਤਾਂ ਨਫਰਤ ਹੋ ਜਾਂਦੀ ਉਸ ਸਮਾਜ ਵਿੱਚ ਉਹ ਕਿ ਮਹਾਰਾਜ ਕਹਿੰਦੇ ਅਨਕ ਪਰਦੇ ਮੈਂ ਕਰੇ ਵਿਕਾਰ ਖਿਨ ਮੈਂ ਪ੍ਰਗਟ ਕਰਾਇ ਸੰਸਾਰ ਕਰਤਾਰੀ ਨਿਯਮ ਆ ਤੁਸੀਂ ਜਿੰਨਾ ਮਰਜੀ ਕੋ ਲੁੱਕ ਕੇ ਕੰਮ ਕਰੋ ਅਲਟੀਮੇਟਲੀ ਪ੍ਰਗਟ ਹੋ ਜਾਂਦਾ ਉਜਾਗਰ ਹੋ ਜਾਂਦਾ ਲੋਕਾਂ ਨੂੰ ਪਤਾ ਲੱਗ ਜਾਂਦਾ ਉਹਦਾ ਉਹਨੂੰ ਨਾਮ ਮਿਲ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਟੂਨੇ ਹਾਰਿਆ ਹੈ ਟੂਨੇ ਕਰਨ ਵਾਲਾ ਆ ਟੂਨੇ ਕਰਨ ਵਾਲੀ ਹੈ ਤੇ ਫਿਰ ਲੋਕ ਉਹ ਤੋਂ ਡਿਸਟੈਂਸ ਕ੍ਰੀਏਟ ਕਰ ਲੈਂਦੇ ਨੇ ਇਹ ਤਾਂ ਫਿਰ ਇੱਕ ਤਰ੍ਹਾਂ ਦੀ ਉਹ ਬਦਨਾਮੀ ਉਸ ਰੂਪ ਵਿੱਚ ਪ੍ਰਾਪਤ ਹੁੰਦੀ ਗੁਰੂ ਬਾਬਾ ਜੀ ਕਹਿੰਦੇ ਜਿਹੜੀ ਸੁਰਤ ਤੂੰ ਪਕੜ ਕੇ ਬੈਠਾ ਹੈ ਨਾ ਥਿਉਰੀ ਕਹਿ ਲਓ ਆ ਵੇ ਆਫ ਲਾਈਫ ਦਾ ਬੇਸ ਕਹਿ ਲਓ ਉਹ ਤੈਨੂੰ ਐਵੇਂ ਜਿਵੇਂ ਭੁੰਡੀ ਕਾਮਣ ਕਾਮਣ ਯਾਰ ਐਵੇਂ ਬਦਨਾਮੀ ਦਿਵਾਏਗਾ ਤੈਨੂੰ ਬੱਚਾ ਲੌਂਗ ਰਨ ਦੇ ਵਿੱਚ ਜਿਸ ਚੀਜ਼ ਨੂੰ ਤੂੰ ਫਾਲੋ ਕਰ ਰਿਹਾ ਹੈ ਇਹ ਚੀਜ਼ ਤੈਨੂੰ ਉਸ ਉਸ ਡਿਚ ਵਾਲੇ ਪਾਸੇ ਲੈ ਕੇ ਜਾ ਰਹੀ ਹੈ ਅੱਗੇ ਬਚਣਾ ਹੈ ਰਾਜ ਰੂਪ ਝੂਠਾ ਦਿਨ ਚਾਰ ਇਹ ਚੀਜ਼ਾਂ ਉਹ ਨੇ ਜਿਹੜੀਆਂ ਸਰਫੇਸ ਤੇ ਸਾਨੂੰ ਬਹੁਤ ਅਪੀਲ ਕਰਦੀਆਂ ਨੇ ਰਾਜ ਪਾਵਰ ਰੂਪ નો ਡਾਊਟ ਗਲੋਰੀ ਆਫ ਥਿਸ ਵਰਲਡ ਦ ਬਿਊਟੀ ਦਾ ਕਾਈਂਡ ਆਫ ਜਿਹੜੀ ਰੂਪ ਸੂਪ ਹੈ ਸਾਰਾ ਆ ਝੂਠਾ ਦਿਨਚਾਰ ਇਹ ਚਾਰ ਦਿਨਾਂ ਦੀ ਸਾਰੀ ਖੇਡ ਇਹਦੇ ਮਗਰ ਛੁਦਾਈ ਨਾ ਇਹਨੂੰ ਗੁਰੂ ਸਾਹਿਬ ਨੇ ਕਈ ਰੂਪ ਕਈ ਤਰੀਕੇ ਨਾਲ ਬਾਣੀ ਚ ਬਿਆਨ ਕੀਤਾ ਕਿ ਤੁਸੀਂ ਬਚਨ ਪੜ੍ਹਦੇ ਹਾਂ ਤਨ ਜੋਬਨ ਅਰ ਫੁੱਲ ਲੜਾ ਨਾ ਠਿਹੜੇ ਦਿਨ ਚਾਰ ਪੱਬਣ ਕੇਰੇ ਪਤ ਜੋਂ ਡਲ ਡੁਲ ਜੁਮਣਹਾਰ ਕਿਆ ਜਿਵੇਂ ਖਿੜਿਆ ਹੋਇਆ ਫੁੱਲ ਆ ਜੇ ਤੁਸੀਂ ਫੁੱਲ ਨਾਲ ਦਿਲ ਲਾ ਲਿਆ ਤੇ ਅਲਟੀਮੇਟਲੀ ਕੀ ਹੋਏਗਾ ਫੁੱਲ ਤੇ ਮੁਰਝਾ ਜਾਏਗਾ ਜਿਸ ਦਾ ਦਿਲ ਫੁੱਲ ਦੇ ਉੱਤੇ ਲੱਗ ਗਿਆ ਤੇ ਉਹ ਹੋਏਗਾ ਕਿ ਉਹ ਦਿਲ ਅੱਜ ਵੀ ਮੁਰਝਾਇਆ ਕੱਲ ਵੀ ਮੁਰਝਾਇਆ ਕਿਉਂਕਿ ਫੁੱਲ ਨੇ ਮੁਰਝਾ ਜਾਣਾ ਹੈ ਜਿਹੜਾ ਬੰਦਾ ਕਿਸੇ ਰੂਪ ਦਾ ਉਸ ਰੂਪ ਦੇ ਵਿੱਚ ਗਾਹਕ ਬਣ ਗਿਆ ਉਹਦਾ ਸ਼ੌਕੀਨ ਬਣ ਗਿਆ ਤੇ ਅਲਟੀਮੇਟਲੀ ਤੇ ਉਹਨੇ ਉਹਨੇ ਮੁਰਝਾ ਜਾਣਾ ਹੈ ਇਨ ਬਿਨ ਰਾਜ ਦਾ ਆ ਰਾਜਸੀ ਸਤਾ ਦੇ ਤੁਸੀਂ ਜੇ ਦੇਖੋਗੇ ਤੇ ਲੱਗਦਾ ਹੀ ਹੈ ਜਦੋਂ ਕੋਈ ਭਾਵੇਂ ਕੋਈ ਵੱਡੀ ਤੋਂ ਵੱਡੀ एंपਾਇਰ ਖੜੀ ਹੋ ਜਾਈ ਤੇ ਭਾਵੇਂ ਕੋਈ ਵੱਡੇ ਤੋਂ ਵੱਡਾ ਕੋਈ ਲੱਗੇ ਕਿ ਕੋਈ ਸਟੇਟ ਖੜੀ ਹੋ ਗਈ ਹੈ ਐਂਡ ਉਹਦਾ ਜਿਹੜਾ ਆ ਉਹ ਮੁੱਕਣਾ ਹੀ ਹੁੰਦਾ ਹੈ ਇਹ ਕੁਦਰਤ ਦਾ ਨਿਯਮ ਹੈ ਤੁਸੀਂ ਪੁਰਾਣੇ ਤੋਂ ਪੁਰਾਣੀਆਂ एंपਾਇਰਸ ਦੇਖ ਲਓ ਤੁਸੀਂ ਮੁਗਲਿਆ एंपਾਇਰ ਦੇਖੋ ਆਟੋਮਨ एंपायर ਦੇਖੋ ਬ੍ਰਿਟਿਸ਼ एंपायर ਦੇਖੋ ਤੁਸੀਂ ਇਹ ਹੋਰ ਪਿੱਛੇ ਆਰੀਅਨ ਕਨਸੈਪਟ ਚ ਆ ਜਾਓ ਉੱਥੇ ਉੱਥੇ ਜਾ ਕੇ ਦੇਖੋ ਮੈਂ ਤਾਂ ਕਹਿਣਾ ਬਹੁਤ ਹੀ ਦੂਰ ਜਾਣ ਦੀ ਲੋੜ ਹੀ ਨਹੀਂ ਹੈ ਯੂ ਆਰ ਗੋਇੰਗ 2021 ਉਹਦੇ ਵਿੱਚ ਲੰਘ ਰਿਹਾ 100 ਸਾਲ ਪਿੱਛੇ ਚਲੇ ਜਾਓ 1921 ਦੇ ਵਿੱਚ ਬ੍ਰਿਟਿਸ਼ एंपायर ਉਸ ਵਕਤ ਹੈ ਇੱਕ ਵਰਲਡ ਵਾਰ ਜਿੱਤ ਚੁਕੀ ਹੋ ਉਸ ਤੋਂ ਬਾਅਦ ਯੂਰਪ ਦੇ ਵਿੱਚ ਉਹ ਡੰਕਾ ਵੱਜ ਰਿਹਾ ਹੈ ਜਰਮਨਸ ਨੂੰ ਪਨਿਸ਼ ਕੀਤਾ ਗਿਆ ਇਟਾਲੀਅਨਸ ਨੂੰ ਪਨਿਸ਼ ਕੀਤਾ ਗਿਆ ਸਾਡੇ ਖਿਲਾਫ ਵਾਰ ਕਰਨ ਦੇ ਉੱਤੇ ਵਾਰ ਕਰਾਇਮ ਦੇ ਅੰਦਰ ਵੱਡੇ ਵੱਡੇ ਕਰਜ਼ੇ ਪਾਏ ਗਏ ਨੇ ਉਹਨਾਂ ਦੇ ਉੱਤੇ ਉਹਨਾਂ ਤੋਂ ਪੇ ਕਰਵਾਇਆ ਗਿਆ ਧੱਕੇ ਨਾਲ ਫੋਰਸਫੁਲੀ ਇਹ ਸਾਰੀ ਉਹਨਾਂ ਨੂੰ ਇਸ ਤਰੀਕੇ ਨਾਲ ਹਿਮਿਲੇਟ ਕੀਤਾ ਗਿਆ ਐਜ਼ ਅ ਸਿਟੀਜ਼ਨ ਆਫ ਦਟ ਦਟ ਲੈਂਡ ਇਹ ਸਾਰਾ ਕੁਝ ਬ੍ਰਿਟਿਸ਼ ਕਰ ਰਹੇ ਨੇ ਤੇ ਕੋਦਨ ਉਹਨਾਂ ਨੂੰ ਪੁੱਛੇ ਯੂ نو ਇਹਨਾਂ ਤੁਹਾਡੀ ਐਮਪਾਇਰ ਰਹਿਣੀ ਹੈ ਨਾ ਇਹ ਸਾਰਾ ਕੁਝ ਰਹਿਣਾ ਸਭ ਖਤਮ ਹੋ ਜਾਣਾ ਹੈ ਤੋ ਉਹ ਦੋਨਾਂ ਨੇ ਹੱਸ ਕੇ ਕਹਿਣਾ ਸੀਗਾ ਤੁਹਾਨੂੰ ਕੁਝ ਨਹੀਂ ਪਤਾ ਹੈਗਾ ਇਹ ਵੀ ਕਾ ਤੋ ਇਹ ਵੀ ਕਦੀ ਖਤਮ ਹੋਏਗਾ ਕੁਝ ਵੀ ਨਹੀਂ ਆ ਰਿਹਾ ਇਸ ਕਰਕੇ ਬਾਬਾ ਜੀ ਕਹਿੰਦੇ ਇਸ ਚੀਜ਼ ਦੇ ਮਗਰ ਨਾ ਪੱਜ ਆਪਣੀ ਬਿਰਤੀ ਐਸੀ ਰੱਖ ਕਿ ਇਹ ਸਾਰਾ ਕੁਝ ਹੋਏ ਵੀ ਜੀਏ ਵੀ ਕਮਾਏ ਵੀ ਪਰ ਡਿਟੈਚਮੈਂਟ ਬਿਲਡ ਕਰੇ ਇਹ ਹੈ ਨਿਰੰਜਨ ਇਹ ਅਪਰੋਚ ਐਸੀ ਹੈ ਜਿਹੜੀ ਗੁਰੂ ਬਾਬਾ ਜੀ ਕਹਿੰਦੇ ਤੈਨੂੰ ਜੀਵਨ ਦੇ ਵਿੱਚ ਸincere ਲੈਵਲ ਤੇ ਲੈ ਆਵੇਗੀ ਅਦਰਵਾਈਜ਼ ਦੇਖੋ ਐਂਡ ਕੀ ਹੈ ਇਸ ਚੀਜ਼ ਦਾ ਕਰਤਾਰੀ ਕੁਦਰਤ ਨੂੰ ਤੇ ਕੋਈ ਫਰਕ ਨਹੀਂ ਪੈਂਦਾ ਬਾਣੀ ਵਾਰ-ਵਾਰ ਕਹਿ ਰਹੀ ਹੈ ਕਿ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਉਹਨੂੰ ਕੋਈ ਮੰਨੇ ਨਾ ਮੰਨੇ ਉਹਦੀ ਕੋਈ ਆਬਾਦਤ ਕਰੇ ਨਾ ਕਰੇ ਤੇ ਬੰਦੇ ਤੇਰੇ ਤੇਰੀ ਵੈਲ ਬੀਇੰਗ ਵਾਸਤੇ ਹੈ ਤੇਰੇ ਹੀ ਆਪਣੇ ਭਲੇ ਵਾਸਤੇ ਹੈ ਜੇ ਤੂੰ ਇਹੋ ਜੀ ਸੂਰਤ ਅਪਣਾ ਲੇਗਾ ਆਪਣਾ ਵੀ ਭਲਾ ਕਰੇਗਾ ਦੂਜਿਆਂ ਦਾ ਵੀ ਭਲਾ ਕਰੇਗਾ ਬਾਕੀ ਇਹ ਹੈ ਕਰਤਾਰੀ ਕੁਦਰਤ ਦੇ ਵਿੱਚ ਖੇਡ ਚੱਲ ਰਹੀ ਹੈ ਉਹ ਆਪ ਖੜਾ ਰਿਆ ਇਹੀ ਮਹਾਰਾਜ ਬਿਆਨ ਕਰਦੇ ਦੇ ਵਿੱਚ ਮਹਾਰਾਜ ਇੱਥੇ ਬਿਆਨ ਨਹੀਂ ਕਰ ਰਹੇ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲਾ ਚਾਨਣ ਅੰਧਿਆਰ ਚਾਨਣ ਅੰਧਿਆਰ ਆ ਜਿਹੜਾ ਅੰਧਿਆਰਾ ਆ ਜਿਹਨੂੰ ਤੁਸੀਂ ਡਾਰਕਨੈਸ ਕਹ ਲਓ ਜਿਹਨੂੰ ਤੁਸੀਂ ਹਨੇਰਾ ਕਹ ਲਓ ਬੜਾ ਵੱਡਾ ਇਸ ਨੂੰ ਰੋਸ਼ਨੀ ਚ ਕਨਵਰਟ ਕਰਨਾ ਹੁਣ ਦੇਖੋ ਜਿਹੜੀ ਰੋਸ਼ਨੀ ਹੈ ਐਕਚੁਅਲੀ ਬਾਹਰੋਂ ਨਹੀਂ ਆਉਂਦੀ ਕਿ ਤੂੰ ਵੀ ਜਿਹੜਾ ਹਨੇਰਾ ਆ ਰੋਸ਼ਨੀ ਚ ਕਨਵਰਟ ਹੁੰਦਾ ਆ ਹੈਲਪ ਇਹਦੇ ਵਿੱਚ ਦੀਵੇ ਦੀ ਲੋ ਕਰਦੀ ਹੈ ਅੱਗ ਕਰਦੀ ਹੈ એનર્ਜੀ ਕਰਦੀ ਹੈ ਜਿਹੜੀਆਂ ਸਾਡੀਆਂ ਅੰਦਰ ਦੇ ਥਾਟਸ ਨੇ ਸਾਰਾ ਕੁਝ ਆ ਉਸ ਨੂੰ ਥੋੜਾ ਜਿਹਾ ਸਿਰਫ ਉਹਦਾ ਪੁਆਇੰਟ ਆਫ View ਹੀ ਬਦਲਣਾ ਹੁੰਦਾ ਆ ਬੰਦਾ ਬੰਦੇ ਦੀ ਸਾਰੀ ਟਰਾਂਸਫਰਮੇਸ਼ਨ ਨਹੀਂ ਹੁੰਦੀ ਬਿਲਕੁਲ ਵੀ ਜਸਟ ਟੂ ਦੀ ਥਿੰਕਿੰਗ ਦੇ ਇੱਕ ਲੈਵਲ ਸੋਚ ਦੇ ਲੈਵਲ ਨੂੰ ਇੱਕ ਪਾਸੇ ਕਿਸੇ ਪਾਸੇ ਸਕਵੀਜ਼ ਹੋਇਆ ਉਹਨੂੰ ਹੀ ਬੈਲੈਂਸ ਕਰਨਾ ਹੁੰਦਾ ਆ ਉਹਦੇ ਨਾਲ ਹੀ ਰੋਸ਼ਨੀ ਰੋਸ਼ਨ ਦਿਮਾਗਿੰ ਲਾਈਟ ਮਟਾ ਜਾਂਦੀ ਹੈ ਹੁਣ ਆਪ ਦੇਖੋਗੇ ਇੱਕ ਬੰਦੇ ਨੂੰ ਕੋਈ ਗੱਲ ਪੁੱਛੋ ਉਹ ਝੂਠ ਵੀ ਬੋਲ ਸਕਦਾ ਹੈ ਉਹ ਸੱਚ ਵੀ ਬੋਲ ਸਕਦਾ ਹੈ ਝੂਠ ਬੋਲਣ ਦਾ ਵੀ ਉਹਦੇ ਇੱਕ ਆਪਣੀ ਦਲੀਲ ਹੈ ਅੰਦਰ ਸੱਚ ਬੋਲਣ ਦੀ ਉਹਦੀ ਇੱਕ ਆਪਣੀ ਦਲੀਲ ਹੈ ਅੰਦਰ ਜੇ ਤੁਸੀਂ ਉਹਦੇ ਝੂਠ ਤੇ ਸੱਚ ਦੇ ਉਸ ਪੂਰੇ ਵਿਹਾਰ ਨੂੰ ਬਦਲਣਾ ਹੈ ਉਹ ਦਲੀਲ ਬਦਲਣੀ ਪਏਗੀ ਅੰਦਰ ਲਈ ਦਾ ਲੌਜਿਕ ਵਨ ਇਜ਼ ਫਾਲੋਇੰਗ ਫਾਰ ਥਿਸ ਟਾਈਪ ਆਫ ਬਿਹੇਵੀਅਰ ਫਾਰ ਥਿਸ ਟਾਈਪ ਆਫ ਐਕਸਰਸਾਈਜ਼ ਇੱਥੇ ਯਾ ਤੇ ਅੰਜਨ ਗਮ ਕਰੇਗਾ ਕਾਲਖ ਜੇ ਸੁਪੋਜ਼ ਬਹੁਤ ਸਿੰਪਲ ਕਰ ਲਈਏ ਇਸ ਨੂੰ ਐਕਚੁਅਲੀ ਮਾਫੀ ਚਾਹਾਂਗੇ ਜਰਨੀ ਆ ਸਾਡੀ ਅੰਦਰ ਦੀ ਜੀ ਡੀਪ ਲੈਵਲ ਤੇ ਆ ਜਾਈਏ ਇੱਥੇ ਅਪਾ ਕਿਸੇ ਪਾਸਿਓਂ ਆ ਰਹੇ ਆ ਤੇ ਸਾਨੂੰ ਸਾਹਮਣੇ ਵਾਲਾ ਬੰਦਾ ਪੁੱਛਦਾ ਹੈ ਕਿ ਕਿਧਰੋਂ ਆ ਰਹੇ ਹੋ ਅਸੀਂ ਆਏ ਹੋਈਏ ਸੱਜਿਓ ਤੇ ਅਸੀਂ ਕਹਿ ਦਈਏ ਮੈਂ ਤਾਂ ਖੱਬੇੋਂ ਆਇਆ ਐਂਡ ਇਟ ਹੈਪਨਸ ਨਾਰਮਲੀ ਇਹ ਆਮ ਹੋ ਜਾਂਦਾ ਕਮਾਲ ਹੈ ਕਿ ਲੋੜ ਹੈ ਸੱਜਿਓ ਹੀ ਕਹਿ ਦੇਣਾ ਖੱਬੇੋਂ ਕੋ ਕਹਿ ਰਹੇ ਆ ਵਾਇਰ ਆਰ ਯੂ ਟ੍ਰਾਈਂਗ ਟੂ ਡਾਜ ਵਾਇਰ ਆਰ ਯੂ ਜਸਟ ਟ੍ਰਾਈਂਗ ਟੂ ਜਸਟ ਗਿਵ ਰੋਂਗ ਇਨਫੋਰਮੇਸ਼ਨ ਇਹ ਕੀ ਹੈ ਇਹ ਮਨੁੱਖੀ ਮਨ ਦੀ ਇੱਕ ਦਸ਼ਾ ਆ ਵਕਾਰੀ ਦਸ਼ਾ ਆ ਇਹ ਵਕਾਰੀ ਦਸ਼ਾ ਕਿਸੇ ਸੋਚ ਦੇ ਲਹਿਜੇ ਤੋਂ ਨਿਕਲੀ ਆ ਉਹ ਸੋਚ ਦਾ ਲਹਿਜਾ ਕੀ ਹੈ ਮੈਂ ਦੂਜੇ ਨੂੰ ਬਲੀਵ ਨਹੀਂ ਕਰਦਾ ਮੈਂ ਕਿਉਂ ਦੱਸਾਂ ਉਹਨੂੰ ਹੁਣ ਜਿਹੜਾ ਦੂਸਰਾ ਆ ਉਹ ਵੀ ਉਹਨੂੰ ਬਲੀਵ ਨਹੀਂ ਕਰਦਾ ਉਹਨੂੰ ਪਤਾ ਝੂਠ ਬੋਲ ਰਿਹਾ ਐਥੋਂ ਫਿਰ ਕੂੜ ਵੱਧਾ ਝੂਠ ਏ ਆ ਕੂੜ ਫਿਰ ਆ ਪ੍ਰਧਾਨ ਵੀ ਲਾਲਾ ਆਪਾਂ ਬਾਤ ਕਰਦੇ ਉਸ ਦਿਨ फिर कूड़ ही कूड़ लग रहा है फिर कोई सच भी बोले फिर सच नहीं लगता झूठ बोल रहा इतना कोई कब दूँ खा लीपुल लिटरली डू इट सऊ रब गुरु की वैरी सॉरी टू से दिस इज नॉट गुड एक्सरसाइज एट ऑल बट पीपुल डू इट फिर भी कोई विश्वास नहीं करता क्यों करेगा क्योंकि सब तो कूड़ हो चुका है झूठ एंड ऑफ द डे ਜੋ ਕੁਝ ਹੋ ਰਿਹਾ ਹੁੰਦਾ ਆ ਜਾਂ ਤੇ ਬੰਦਾ ਕਹਿੰਦਾ ਵੀ ਮੇਰੀ ਕਲੇਵਰਨੈਸ ਕਰਕੇ ਹੋ ਰਿਹਾ ਆ ਭਾਵੇਂ ਮੈਂ ਕੁਝ ਅਰਨ ਕਰ ਰਿਹਾ ਆ ਭਾਵੇਂ ਕੋਈ ਮੈਂ ਅਟੇਨ ਕਰ ਰਿਹਾ ਆ ਭਾਵੇਂ ਕੁਝ ਕਿਸੇ ਕਿਸਮ ਦਾ ਨਾ ਮੈਂ ਪੋਜੀਸ਼ਨ 'ਚ ਬੈਠਾ ਆ ਇਸ ਨੂੰ ਅੱਜ ਦੀ ਮਾਡਰਨ ਸਾਈਕੋਲੋਜੀ ਦੇ ਵਿੱਚ ਜਿਹੜਾ ਹੈਗਾ ਉਹਨੂੰ ਕਹਿੰਦੇ ਨੇ ਖਾਸ ਕਰਕੇ ਫਰਾਡ ਸਿੰਡਰਮ ਇਟਸ ਅ ਫਰਾਡ ਸਿੰਡਰਮ ਬੰਦੇ ਨੂੰ ਲੱਗਦਾ ਹੈ ਕਿ ਜੋ ਕੁਝ ਮੈਂ ਅਚੀਵ ਵੀ ਕੀਤਾ ਇਟਸ ਅ ਫਰਾਡ ਜੋ ਦੂਜਾ ਵੀ ਕਰ ਰਿਹਾ ਇਸ ਫਰਾਡ ਫਰਾਡ ਸਿੰਡਰਮ ਉਹਦਾ ਸੈਲਫ ਕੌਨਫੀਡੈਂਸ ਹੀ ਨਹੀਂ ਵੱਧਦਾ ਉਸ ਲੈਵਲ ਤੇ ਉਹ ਹੀਣ ਭਾਵਨਾ ਵਿੱਚ ਜੀਵੀ ਜਾਂਦਾ ਪਰ ਬਾਹਰ ਜਿੰਨਾ ਮਰਜੀ ਵਿਖਾ ਰਿਆ ਇਹ ਜਿਹੜੀ ਕੂੜ ਹੈ ਇਹ ਕੂੜ ਦੀ ਮਹਤਾਜਗੀ ਹੈ ਐਸੇ ਕਰਕੇ ਗੁਰੂ ਸਾਹਿਬ ਨੇ ਕੀ ਕੀਤਾ ਗੁਰੂ ਨਾਨਕ ਸਾਹਿਬ ਉਸ ਖਿੱਤੇ 'ਚ ਆਮਦ ਲੈਂਦੇ ਜਿਸ ਖਿੱਤੇ 'ਚ ਬੁਸਦਲੀ ਸੀ ਕਾਵਰਨੈਸ ਡਰਪੋਕਤਾ ਦੀ ਕੋਈ ਕੋਈ ਇੰਤਹਾ ਥੋੜਾ ਸੀ ਡਰਦੇ ਹੋਏ ਲੋਕ ਉਸ ਖਿੱਤੇ ਨੂੰ ਕੋਈ 240 ਕ ਸਾਲ ਸਮਾਂ ਲਗਾ ਕੇ ਅਰਾਊਂਡ ਇਨਾ ਕ ਟਾਈਮ ਦੇ ਵਿੱਚ ਸਵਕ 200 ਸਾਲ ਦੇ ਵਿੱਚ ਉਸ ਜਗ੍ਹਾ ਤੇ ਲੈ ਆਂਦਾ ਜਿੱਥੇ ਮਤਲਬ ਪੁਰਜਾ ਪੁਰਜਾ ਕਟਮਰੇ ਵਾਲੀ ਜਿਹੜੀ ਗੱਲ ਆ ਉਹ ਜ਼ਾਹਰਾ ਤੌਰ ਤੇ ਸਮਾਜ ਦੇ ਦਿਸੇ ਮੁਗਲਿਆ ਹਕਮਰਾਨ ਪਹਾੜੀ ਹਕਮਰਾਨ ਸਾਰੇ ਦਾ ਸਾਰੀ ਜਿੰਨੀ ਸਟੈਬਲਿਸ਼ਮੈਂਟ ਸੀ ਫਿਊਡਲ ਸਿਸਟਮ ਦੀ ਸਾਰੀ ਆ ਗਈ ਵੀ ਇਹਨੂੰ ਢਾ ਦੇਣਾ ਆਨੰਦਪੁਰ ਸਾਹਿਬ ਦਾ ਕਿਲਾ ਵੀ ਢਾਤਾ ਸਭ ਚੀਜ਼ਾਂ ਕਰਤੀਆਂ ਉਹਨਾਂ ਨੇ ਚਮਕੌਰ ਦੇ ਮੈਦਾਨ ਤੱਕ ਆ ਗਏ 40 ਤੋਂ ਥੋੜੀ ਜਿਹੀ ਗਿਣਤੀ ਵੱਧ ਭੁੱਖਣ ਪਾਣੇ ਬਿਲਕੁਲ ਹੈ ਉਹਨਾਂ 'ਚ ਇੱਕ ਮਾੜਾ ਜਿਹਾ ਵੀ ਜ਼ਰਾ ਡਰਦਾ ਹੋਏ ਤੇ ਕੱਲਾ ਉਹਨਾਂ ਨੂੰ ਛੱਡੋ ਤੁਸੀਂ ਆਲੇ-ਦੁਆਲੇ ਦੀ ਫਿਜ਼ਾਂ ਵਿੱਚ ਦੇਖੋ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਰਾਏਕਲਾਂ ਦੇ ਇਲਾਕੇ ਚੋਂ ਲੰਘਦੇ ਨੇ ਲੁਧਿਆਣੇ ਤੋਂ ਉੱਪਰ ਵਾਲਾ ਜਿਹੜਾ ਇਲਾਕਾ ਥੋੜਾ ਜਿਹਾ ਤੇ ਇੱਥੇ ਨੂਰਾ ਮਾਹੀ ਮੱਝਾਂ ਚਗਾਉਣ ਵਾਲਾ ਸ਼ਖਸ ਹੈ ਗਰੀਬ ਹੈ ਛੇੜੂ ਜਨਮ ਜਾਂ ਕਹਿੰਦੇ ਸੀ ਅਸੀਂ ਅਸੀਂ ਪਾਲੀ ਕਹਿੰਦੇ ਆ ਪਾ ਮਾਂ ਹਾਲਤਾਂ ਚ ਜਿਹੜਾ ਪਸ਼ੂਆਂ ਨੂੰ ਸੰਭਾਲਦਾ ਹੈ ਕਾਈਂਡ ਆਫ ਸ਼ੈਪਰਡ ਉਸ ਨੂੰ ਸਰਹੰਦ ਭੇਜਦੇ ਨੇ ਜਦ ਪਤਾ ਲੈ ਕੇ ਤੁਸੀਂ ਦੇਖੋ ਬੰਦੇ ਕੋਲ ਬਹੁਤ ਦੌਲਤ ਨਹੀਂ ਹੈ ਗਰੀਬ ਹੈ ਪਰ ਜ਼ਮੀਰ ਫਰੋਸ਼ ਨਹੀਂ ਹੈ ਉੱਥੇ ਜਾ ਕੇ ਕਹਿਣ ਦਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆਇਆ ਚੁਗਲੀ ਲਾਂਦਾ ਪੈਸੇ ਮਿਲ ਜਾਣੇ ਸੀ ਬਿਲਕੁਲ ਵੀ ਨਹੀਂ ਹੈ ਦੂਸਰਾ ਡਰ ਜੇ ਹਕੂਮਤ ਨੂੰ ਪਤਾ ਲੱਗ ਗਿਆ ਗੁਰੂ ਸਾਹਿਬ ਦੇ ਤੇ ਬੱਚਿਆਂ ਨੂੰ ਐਵੇਂ ਮਤਲਬ ਕਤਲ ਕੀਤਾ ਆ ਮੇਰੀ ਕੀ ਹਾਲਤ ਹੋਏਗੀ ਬਿਲਕੁਲ ਨਹੀਂ ਇਹ ਜਿਹੜੀ ਟਰਾਂਸਫਰਮੇਸ਼ਨ ਹੈ ਇੱਕ ਵਿਸ਼ਵਾਸ ਵਿੱਚੋਂ ਆਈ ਹੈ ਅਸੂਲਾਂ ਦਾ ਵਿਸ਼ਵਾਸ ਸੱਚ ਦਾ ਵਿਸ਼ਵਾਸ ਰੱਬ ਦਾ ਵਿਸ਼ਵਾਸ ਸੱਚ ਮਰਦਾ ਨਹੀਂਗਾ ਝੂਠ ਦੇ ਮੈਂ ਸੱਚ ਦਾ ਭਾਈਵਾਲਾਂ ਝੂਠ ਦਾ ਭਾਈਵਾਲ ਨਹੀਂ ਹੈਗਾ ਇਹ ਹੈ ਬੰਦੇ ਦੀ ਐਕਚੁਅਲ ਲੈਵਲ ਤੇ ਇਨਰ ਡਿਵੈਲਪਮੈਂਟ ਇਸ ਨੂੰ ਫਿਰ ਸਾਰੀ ਸੋਸਾਇਟੀ ਮਾਨਦੀ ਹੈ ਵਕਤ ਪਾ ਕੇ ਸੋਸਾਇਟੀ ਇਸ ਚੀਜ਼ ਨੂੰ ਇੰਜੋਏ ਕਰਦੀ ਹੈ ਅਦਰਵਾਈਜ਼ ਜੀ ਆਪ ਅੱਜ ਆਪਾਂ ਦੇਖੀਏ ਜਿਹੜੀ ਬਾਤ ਲਿਖਦੇ ਨਾ ਖਾਸ ਤੌਰ ਤੇ ਕਵੀ ਸੰਤੋਖ ਸਿੰਘ ਚੂੜਾ ਮਨੇ ਛਾਏ ਜਾਂਦੀ ਇਕਤਾ ਅਨੇਕਤਾ ਬਿਲਾਏ ਜਾਂਦੀ ਹੋਵਦੀ ਕੁਜੀਲਤਾ ਕਿਤਾਬਨ ਕੁਰਾਨ ਕੀ ਪਾਪ ਪਰਪਕ ਜਾਂਦੇ ਵਰਣ ਧਸਕ ਜਾਂਦੇ ਰੀਤ ਮਿਟ ਜਾਂਦੀ ਕਥਾ 베ਦਨ ਪੁਰਾਨ ਕੀ ਉਹ ਐਕਚੁਅਲੀ ਸੱਚ ਕਹਿ ਰਹੇ ਨੇ ਮਿਡਲਿਸਟ ਦਾ ਹਾਲ ਦੇਖੋ ਕੀ ਹੈ ਪੂਰਤ ਪੂਰੇ ਮਿਡਲਿਸਟ ਨੂੰ ਦੇਖੋ ਤੁਸੀਂ ਉਦੇ ਮੁਕਾਬਲ ਤਨ ਬਹੁਤ ਬਹੁਤ ਰਿਸੋਰਸਸ ਦੀ ਲੈਕਿੰਗ ਹੋਣ ਦੇ ਬਾਵਜੂਦ ਵੀ ਇਤਨਾ ਕਰਪਸ਼ਨ ਹੋਣ ਦੇ ਬਾਵਜੂਦ ਵੀ ਇੱਕ ਭਾਰਤੀ ਖਿੱਤੇ ਦੀ ਸੱਭਿਆਤਾ ਵੀ ਬਚੀ ਹੈ ਬੋਲੀ ਵੀ ਬਚੀ ਹੈ ਉਥੇ ਸਾਰਾ ਕੁਝ ਉਸ ਲੈਵਲ ਤੇ ਸਰਫੇਸ ਤੇ ਬਚਿਆ ਹੈ ਸਰਵਾਈਵ ਕੀਤਾ ਹੈ ਤੂੰ ਸਰਵਾਈਵ ਇਸ ਕਰਕੇ ਨਹੀਂ ਕੀਤਾ ਕਿ ਅੱਜ ਬੜੇ ਚਲਾਕ ਲੋਕ ਉਥੇ ਬੈਠੇ ਨੇ ਸਰਵਾਈਵ ਇਸ ਕਰਕੇ ਕੀਤਾ ਕਿਉਂਕਿ ਕਿਸੇ ਨੇ ਉਸ ਮਨੁੱਖਤਾ ਨੂੰ ਉਹ ਕੌਨਫੀਡੈਂਸ ਦਵਾਇਆ ਕਿਸੇ ਲੈਵਲ ਤੇ ਜਿੱਥੇ ਜਾ ਕੇ ਉਹਨਾਂ ਨੇ ਮਨੁੱਖੀ ਕਦਰਾਂ ਕੀਮਤਾਂ ਨੂੰ ਸੰਭਾਲ ਲਿਆ। ਇਸ ਸਾਰੇ ਦੇ ਵਿੱਚ ਇੱਕ ਹਾਰਮੋਨੀ ਜਨਰੇਟ ਹੋਈ। ਪੰਜਾਬ ਦਾ ਸਾਰਾ ਖਿੱਤਾ ਉਹਦੇ ਵਿੱਚ ਇੱਕ ਤਰबीयत ਜਨਮ ਲੈਂਦੀ ਹੈ ਜਿਹੜੀ ਅਸੂਲਾਂ ਤੇ ਢੱਦੀ ਹੈ ਜਾ ਕੇ। ਜਿਹਦੇ ਵਿੱਚ ਮੁਸਲਮਾਨ ਵੀ ਹੈ, ਜਿਹਦੇ ਵਿੱਚ ਸਨਾਤਨੀ ਤਾ ਰਾਜਾ ਬੰਦਾ ਵੀ ਹੈ, ਜਿਹਦੇ ਵਿੱਚ ਸਿੱਖ ਤੇ ਲੀਡਿੰਗ ਰੋਲ 'ਚ ਆ ਗਿਆ ਹੈ। ਇਹ ਹੈ ਐਕਚੁਅਲ ਲੈਵਲ ਤੇ ਗੁਰਮਤਿ ਦੀ ਸਹੀ ਰੂਪ ਦੇ ਵਿੱਚ ਉਹ ਲੈਬ ਦੇ ਵਿੱਚੋਂ ਨਿਕਲਿਆ ਹੋਇਆ ਰਿਜ਼ਲਟ। ਫਾਈਨਲ ਰਿਜ਼ਲਟ ਗੁਰਨਾਨ ਸਿੰਘ ਸਾਬ ਇਹਦੇ ਕਰਨ ਧਾਰ ਨੇ ਜਿੱਚ ਮਹਾਰਾਜ ਬਿਆਨ ਕਰਦੇ ਮਨੁੱਖ ਗੁਣਾ ਦੇ ਆਧਾਰ ਤੇ ਜੀਏ ਇੱਥੇ ਡਿਸਕ੍ਰਿਮੀਨੇਸ਼ਨ ਖਤਮ ਹੋਏਗਾ ਰੈਸਿਜ਼ਮ ਖਤਮ ਹੋਏਗਾ ਕਰਪਸ਼ਨ ਖਤਮ ਹੋਏਗਾ ਇੱਥੇ ਅਨ ਹਿਊਮਨ ਜਿਹੜੀਆਂ ਐਕਸਰਸਾਈਜ਼ਸ ਨੇ ਉਹ ਖਤਮ ਹੋਣਗੀਆਂ ਵੈਲਿਊ ਬੇਸਡ ਵਰਚੂ ਬੇਸਡ ਯਾ ਕਹਿ ਲੋ ਕਿ ਰੱਬੀ ਗੁਣਾ ਦੇ ਉੱਤੇ ਮਤਲਬ ਅਧਿਆਤਮਿਕ ਸਪਿਰਚੁਅਲ ਵੈਲਿਊਜ਼ ਦੇ ਉੱਤੇ ਦੁਨੀਆ ਉੱਠੇਗੀ ਇਸ ਨੂੰ ਬਾਬਾ ਜੀ ਇੱਥੇ ਬਿਆਨ ਕਰਦੇ ਕਿ ਭਲੇ ਬੰਦੇ ਇਹਦੇ ਵੱਲ ਜ਼ੋਰ ਦੇ ਜੇ ਤੂੰ ਕੱਲਾ ਰਾਜ ਰੂਪ ਝੂਠਾ ਦਿਨਚਾਰ ਇਹਦੇ ਮਗਰ ਭੱਜੇਗਾ ਨਾ ਫਿਰ ਹਨੇਰੇ ਚ ਰਹੇਗਾ ਪਰ ਹਾਂ ਹਨੇਰੇ ਨੂੰ ਦੂਰ ਕਰ ਸਕਦਾ ਨਾਮ ਮਿਲੈ ਚਾਨਣ ਅੰਧਿਆਰ ਜੇ ਤੈਨੂੰ ਇਹੋ ਜੀ ਸੋਝੀ ਮਿਲ ਜਾਏ ਬੰਦਾ ਉਹੀ ਹੈ ਦੁਨੀਆ ਵੀ ਉਹੀ ਹੈ ਪਰ ਉਹਦੀ ਸੋਚਣ ਦਾ ਤਰੀਕਾ ਬਦਲ ਗਿਆ ਹੁਣ ਹੁਣ ਤਰੀਕਾ ਇਹ ਨਹੀਂ ਕਹਿੰਦਾ ਜੇ ਮੈਂ ਐਗਜ਼ਾਮਪਲ ਕਰ ਰਿਹਾ ਸੀਗਾ ਕਿ ਬੰਦੇ ਦੇ ਪੈਰ ਸਰਹੰਦ ਨੂੰ ਵੱਧ ਰਹੇ ਨੇ ਤੰਦਰ ਇੱਕੋ ਚੀ ਚੱਲੀ ਜਾਂਦੀ ਲਾਲਚ ਚੱਲ ਜਾਂਦਾ ਵੀ ਮੈਂ ਜਾ ਕੇ ਚਾਰ ਵੱਦ ਮੋਹਰਾ ਸੋਨੇ ਦੀਆਂ ਲੈ ਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫੜਾ ਦਿਆ ਨਾ ਅੰਦਰ ਸੋਚ ਬਦਲ ਗਈ ਹੈ ਉਸ ਪਾਸੇ ਸਕੀਜ਼ ਨਹੀਂ ਹੁੰਦੀ ਹੁਣ ਅਗਲਾ ਬਚਨ ਲਿਖਿਆ ਹੈ ਚੱਕ ਛੋੜੀ ਸਹਿਸਾ ਨਹੀਂ ਕੋਏ ਇੱਕ ਇਹ ਵੀ ਚੀਜ਼ ਆ ਕਿ ਬੰਦੇ ਨੂੰ ਕੋਈ ਚੀਜ਼ ਸਾਬਰ ਜਾਂ ਕੋਈ ਚੀਜ਼ ਬਿਟਰੋਦਨ ਲੱਗਦੀ ਹੈ ਜਦੋਂ ਉਹਦੀ ਉਹਦੀ ਤਾਂ ਕਰਸਾਈ ਅਪਰੋਚ ਨਹੀਂ ਹੈ ਬੰਦਾ ਕਹਿੰਦਾ ਨੋ 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 ਸਪੋਜ਼ ਕਰੋ ਆਈ ਡੋਟ ਲਾਈਕ ਆਈਫੋਨਸ ਆਈ ਡੋਟ ਲਾਈਕ ਐਕਚੁਅਲੀ ਅ ਪਚੜਾ ਹੈਗਾ ਬਹੁਤ بڑے ਮਹਿੰਗੇ ਵਾਲੇ ਜਿਹੜੇ ਕਾਸਟਲੀ ਫੋਨਸ ਵਗੈਰਾ ਹੈਗੇ ਨੇ ਤੇ ਕਈ ਵਾਰ ਹੁੰਦਾ ਕਿ ਇਹ ਬੰਦੇ ਕੋਲ ਅਪਰੋਚ ਹੀ ਨਹੀਂ ਹੈਗੀ ਵਿਚਾਰਾ ਕੀ ਕਰੇ ਇਹੀ ਕਹਿ ਕੇ ਆਪਣੇ ਆਪ ਨੂੰ ਸਮਝਾ ਲਿੰਦਾ ਕੋਈ ਗੱਲ ਨਹੀਂ ਉਹ ਆਈ ਆ ਡੋਟ ਲਾਈਕ ਇਲੈਕਟ੍ਰਿਕ ਕਾਰਸ ਟੈਸਲਾ نو 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 ਦੈਟਸ ਨੋ ਦੋਸ ਆਰ ਨੋਟ ਗੁੱਡ ਕਾਰ ਵੀ ਗੱਲ ਹੈ ਮੇਰੇ ਵਰਗੀ ਦੀ ਅਫੋਰਡੇਬਿਲਟੀ ਨਹੀਂ ਹੈਗੀ ਸੋ ਇਹ ਵੀ ਚੀਜ਼ ਹੈਗੀ ਇੱਕ ਤਰੀਕੇ ਨਾਲ ਇਹ ਵੀ ਇਹ ਵੀ ਰੂਪ ਹੁੰਦਾ ਆ ਪਰ ਇੱਕ ਜਗ੍ਹਾ ਤੇ ਜਾ ਕੇ ਬੰਦਾ ਡੀਪ ਲੈਵਲ ਤੇ ਚੀਜ਼ਾਂ ਨੂੰ ਪਰਖ ਪੜਤਾਲ ਲੈ ਪਰਖ ਪੜਤਾਲ ਕਿਵੇਂ ਲੈ ਕਿ ਭਾਈ ਟੈਸਲਾ ਕਾਰ ਲੈ ਲਾਂਗਾ ਪਰ ਮੇਰੇ ਕੋਲ ਤੇ ਚਲੋ ਟੈਸਲਾ ਕਾਰ ਤੇ ਹੋ ਜਾਦਾ ਬੈਂਕ ਦੇ ਲੋਨ ਤੋਂ ਮਿਲ ਜੇ ਕੁਝ ਮਿਲ ਜੇ ਪਰ ਜੇ ਰਿਐਲਿਟੀ 'ਚ ਦੇਖੀ ਜਾਏ ਤੇ ਮੇਰੀ ਤੇ ਕਾਰ ਮੇਰੇ ਤੇ ਗਰਾਜ ਦੇ ਵਿੱਚ ਕਾਰ ਚਾਰਜਰ ਵੀ ਨਹੀਂ ਲੱਗਾ ਤੇ ਮੈਨੂੰ ਤੇ ਕਾਰ ਚਾਰਜਰ ਲਵਾਉਣ ਵਾਸਤੇ ਵੀ ਜਿਹੜੀ ਹੈ ਓਨੀ ਵੀ ਮੇਰੇ ਕੋਲ ਤੇ ਇਸ ਵਕਤ ਮੇਰੇ ਕੋਲ ਅਮਾਉਂਟ ਨਹੀਂ ਹੈਗਾ ਮਤਲਬ ਦੈਟਸ ਨਾਟ ਗੁੱਡ ਮੈਨ ਮੈਨੂੰ ਇਸ ਚੀਜ਼ ਯਾਦ ਜਿਨ੍ਹਾਂ ਲੋਕਾਂ ਨੇ ਇਸ ਕਿਸਮ ਦੇ ਜੀਵਨ ਨੂੰ ਅਪਣਾਇਆ ਤੇ ਐਂਡ ਐਂਡ ਗੋਲ ਕੀ ਹੋਇਆ ਹੋ ਸਕਦਾ ਫੋਰਡ ਕਰ ਲੈਣ ਸਭ ਕੁਝ ਕਰ ਲੈਣ ਪਰ ਅਲਟੀਮੇਟਲੀ ਕੀ ਹੋਇਆ ਮੈਂ ਲਿਟਰਲੀ ਤੌਰ ਤੇ ਦੇਖਿਆ ਆ ਬੱਚੇ ਮਾਪਿਆਂ ਨੂੰ ਕਹਿੰਦੇ ਕਿ ਯੂ نو ਆ ਵੀ ਹੈਵ ਐਨਫ ਮਨੀ ਵੀ ਡੋਂਟ ਹੈਵ ਟੂ ਸਟੱਡੀ ਐਂਡ ਵੀ ਡੋਂਟ ਹੈਵ ਟੂ ਵਰਕ ਹੋਏਗਾ ਕੀ ਜੇ ਪੜੋਗੇ ਨਹੀਂ ਜੇ ਕੁਝ ਕੰਮਕਾਰ ਨਹੀਂ ਕਰੋਗੇ ਤੇ ਜ਼ਿੰਦਗੀ ਵਕਾਰਾਂ ਨਾਲ ਭੜ ਜੇ ਭਰ ਜੇਗੀ ਸੋ ਇੱਥੇ ਜਾ ਕੇ ਪਤਾ ਇਹ ਲੱਗਦਾ ਕਿ ਜ਼ਰੂਰੀ ਨਹੀਂ ਕਿ ਤੁਸੀਂ ਉਹ ਜਿਹਾ ਲਾਈਫ ਸਟਾਈਲ ਅਡਾਪਟ ਕਰੋਗੇ ਤੇ ਫਿਰ ਜਾ ਕੇ ਸਿੱਟੇ ਦੇਖੋਗੇ ਤੁਸੀਂ ਸਮਾਜ ਨੂੰ ਅੱਖਾਂ ਖੋਲ ਕੇ ਵੇਖੋ ਤੁਹਾਨੂੰ ਪਤਾ ਲੱਗ ਜਾਏਗਾ ਮਹਾਰਾਜ ਇੱਥੇ ਬਿਆਨ ਕਰਦੇ ਚੱਕ ਛੋਡੀ ਸਹਸਾ ਨਹੀਂ ਕੋਏ ਜਦੋਂ ਮੈਂ ਇਹ ਸਾਰੇ ਨੂੰ ਜਦੋਂ ਪੂਰੀ ਵਟੋਈ ਰੱਜਦੀ ਹੋਏ ਨਾ ਜਿਹੜੀ ਸਿਆਣੀ ਸੁਆਣੀ ਆ ਨਾ ਉਸ ਨੂੰ ਸਾਰੀ ਬਟੋਈ ਨੂੰ ਬਾਹਰ ਕੱਢ ਕੇ ਤੇ ਉਸ ਵੇਖਣ ਦੀ ਲੋੜ ਨਹੀਂ ਹੁੰਦੀ ਉਹ ਵਿੱਚ ਉਕੜਛੀ ਪਰਦੀ ਇੱਕ ਦਾਣਾ ਚੱਕਦੀ ਏ ਤੇ ਬਸ ਇੰਨੇ ਜੀ ਪਤਾ ਲੱਗ ਜਾਂਦਾ ਪੱਕੀ ਏ ਕੱਚੀ ਏ ਉਹ ਇੱਕ ਚੁੰਡੀ ਪਰ ਕੇ ਉਹਦੇ ਵਿੱਚੋਂ ਆਪਣੀ ਜੀਭ ਤੇ ਰੱਖਦੀ ਏ ਤੇ ਦੱਸ ਦਿੰਦੀ ਏ ਨਮਕ ਘੱਟ ਹੈ ਲੂਣ ਘੱਟ ਹੈ ਮਰਚ ਘੱਟ ਹੈ ਚਖ ਛੋੜੀ ਸਹਸਾ ਨਹੀਂ ਕੋਈ ਜਦੋਂ ਗੁਰੂ ਬਾਬਾ ਜੀ ਕਹਿੰਦੇ ਸਾਰੇ ਸਮਾਜ ਦੇ ਦੇਖਿਆ ਇਸ ਬਿਰਤੀ ਨਾਲ ਅੰਜਣ ਦੀ ਕਾਲਖ ਦੀ ਬਿਰਤੀ ਨਾਲ ਪ੍ਰਣਾਏ ਹੋਏ ਲੋਕਾਂ ਦੇ ਹਾਲਤ ਕੀ ਹੁੰਦੀ ਇਸ ਕਰਕੇ ਮੇਰੇ ਮਨ ਵਿੱਚ ਕੋਈ ਸਹਿਸਾ ਆਨੇਗਾ ਆਪਾਂ ਕੂੜ ਵਾਲੇ ਪਾਸੇ ਜਾਣਾ ਹੀ ਨਿਕਾ ਆਪਣਾ ਰਾਹ ਸੱਚ ਦਾ ਆਪਾਂ ਸੱਚਿਆਰ ਹੀ ਹੋਣਾ ਕੋਈ ਮਨ ਵਿੱਚ ਮਲਾਲ ਨਹੀਂ ਕੋਈ ਝੋਰਾ ਨਹੀਂ ਵੀ ਕੋਈ ਇਹ ਕਹੇ ਕਿ ਹੋ بابا ਨਾਨਕ ਜੀ ਤੁਸੀਂ ਤਾਂ ਰਾਜੇ ਬੜੇ ਨਹੀਂ ਤੁਹਾਨੂੰ ਕੀ ਪਤਾ ਰਾਜਿਆਂ ਦਾ ਲਾਈਫ ਸਟਾਈਲ ਯਕੀ ਹੁੰਦਾ ਬਾਬਾ ਜੀ ਕਹਿੰਦੇ ਮੈਂ ਸਭ ਦੇਖ ਲਿਆ ਮੈਂ ਲੋਧੀ ਖਾਨਦਾਨ ਵੀ ਦੇਖ ਲਿਆ ਮੈਂ ਬਾਬਰ ਵਰਗੇ ਜਲਾਨ ਜ਼ਰਵਾਣੇ ਵੀ ਦੇਖ ਲਏ ਨੇ ਮੈਂ ਅਰਬਿਸਤਾਨ ਦੇ ਰਾਜੇ ਵੀ ਦੇਖ ਲਏ ਤੇ ਮੈਂ 올 ਦਾ ਵੇਸ਼ ਸ਼ਿਬ ਨਾਬ ਤੱਕ ਵੀ ਦੇਖ ਆਇਆ ਸਭ ਦੇਖਿਆ ਮੈਨੂੰ ਸਭ ਪਤਾ ਆ। ਅਹਿਸਾਸ ਐਸ ਗੱਲ ਦਾ ਇੱਥੇ ਮਲਕ ਭਾਗੋ ਵੀ ਦੇਖਿਆ ਹੈ। ਅਮੀਰਾਂ ਸ਼ਮੀਰਾਂ ਦੇ ਵਿੱਚ ਇੱਥੇ ਦੁਨੀ ਚੰਦ ਵੀ ਦੇਖਿਆ ਹੈ। ਬਾਬਾ ਜੀ ਕਹਿੰਦੇ ਇਹ ਅਹਿਸਾਸ ਕਰਾਉਂਦੇ ਉਹ ਪੱਲੇ ਬੰਦੇ ਤੈਨੂੰ ਸੱਚ ਦੱਸ ਰਿਹਾ। ਇੱਥੇ ਕੋਈ ਦੁਨੀ ਚੰਦ ਬਣ ਕੇ ਵੀ ਜੀਵਨ ਦੇ ਉਸ ਮਰਹਲੇ ਨੂੰ ਪ੍ਰਾਪਤ ਨਹੀਂ ਕਰਦਾ ਜੋ ਭਾਈ ਲਾਲੋ ਪ੍ਰਾਪਤ ਕਰ ਰਿਹਾ। ਜੋ ਭਾਈ ਮਰਦਾਨਾ ਜੀ ਪ੍ਰਾਪਤ ਕਰ ਰਹੇ ਨੇ। ਅਸਲ ਜੀਵਨ ਯਾਪਨੇ ਦੇ ਵਿੱਚ ਆ। ਬਹੁਤ ਜ਼ਿਆਦਾ ਜਿਹੜੀ ਸੰਸਾਰ ਦੀ ਪਕੜ ਆ, ਕਸ਼ਿਸ਼ ਆ ਇਹ ਬੰਦੇ ਨੂੰ پاگل ਕਰ ਦਿੰਦੀ ਹੈ ਕਮਲਾ ਹੋ ਜਾਂਦਾ ਹੈ ਹਵਸਗੀਰ ਹੋ ਜਾਂਦਾ ਬੰਦਾ ਇੱਥੇ ਬਿਆਨ ਆਇਆ ਚਖ ਛੋਡੀ ਸਹਸਾ ਨਹੀਂ ਕੋਏ ਹੁਣ ਮਿਸਾਲ ਦਿੱਤੀ ਬਾਪ ਦਿਸੈ ਵਿਜਾਤ ਨਾ ਹੋਏ ਬਾਪ ਦਿਸੈ ਵਿਜਾਤ ਨਾ ਹੋਏ ਸਿੰਗਲ ਪੈਰੈਂਟਿੰਗ ਮਾਡਲ ਦੇ ਵਿੱਚ ਵੈਸਟਨੀ ਅਮਰੀਕਨ ਸੋਸਾਇਟੀ ਟੋਟਲੀ ਇਸ ਤਰੀਕੇ ਨਾਲ ਅੱਜ ਮਿਲ ਜੇਗੀ ਤੁਹਾਨੂੰ ਚਲੋ ਐਕਸਰਸਾਈਜ਼ ਹੈ ਸੋਸ਼ਲ ਸਟਰਕਚਰ ਵਿੱਚ ਇਸ ਤਰੀਕੇ ਨਾਲ ਲੋਕੀ ਅਡਾਪਟ ਕਰ ਰਹੇ ਨੇ ਠੀਕ ਹੈ ਭਾਈ ਉਹਨਾਂ ਦੀਆਂ ਵੈਲਿਊਜ਼ ਇਹਨਾਂ ਦਾ ਆਪਣਾ ਜੀਵਨ ਜੱਪਣਿਆ। ਯਾ ਅੱਜਕੱਲ ਨਿਊਕਲੀਅਰ ਫੈਮਿਲੀ ਮਾਡਲ ਤੋਂ ਪਲੈਟਿਨਮ ਫੈਮਿਲੀ ਮਾਡਲ ਆ ਚੁੱਕਾ ਆ। ਉਹ ਵੀ ਅਡਾਪਟ ਕੀਤਾ ਹੈ ਸੋਸਾਇਟੀ ਨੇ। ਪਰ ਆਪ ਬਹੁਤ ਧਿਆਨ ਨਾਲ ਦੇਖੋਗੇ ਬਾਪ ਦਿਸੇ ਵਿਜਾਤ ਨਾ ਹੋਏ ਜਿਹਦੇ ਮਾਂ ਬਾਪ ਬਾਰੇ ਪ੍ਰੋਪਰ ਪਤਾ ਨਾ ਹੋਏ ਕਿ ਬੱਚਾ ਕੌਣ ਹੈ ਕਿੱਦਾ ਆਇਆ ਕਾਈਂਡ ਆਫ ਔਰਫਨਟ ਜਿਹੜਾ ਆ ਉਹਦੀ ਕੈਸੀ ਹਾਲਤ ਹੁੰਦੀ ਹੈ ਜਾਂ ਤੁਸੀਂ ਇਹ ਕਹਿ ਲਓ ਕਿ ਜਿਸਦੇ ਬਾਬਤੇ ਕਿਹਾ ਜਾਏ ਕਿ ਇਹ ਜਿਹੜਾ ਆ ਇਹ ਬੱਚਾ ਇਹਦੇ ਬਾਪ ਦਾ ਨਹੀਂ ਪਤਾ ਹੈਗਾ ਸਿੰਪਲ ਲੈਵਲ ਤੇ ਆਈ ਦੀ ਸੋਸਾਇਟੀ ਕੰਨੂ ਕੇਰ ਆਪਾਂ ਨੂੰ ਗਾਦੀ ਕੇਰ ਸੋਸਾਇਟੀ ਤੇ ਬਹੁਤ ਜ਼ਿਆਦਾ ਉਸ ਲੈਵਲ ਤੇ ਪ੍ਰੋਗਰੈਸਿਵ ਹੋ ਚੁੱਕੀ ਹੈ ਸਟੀਵ ਜੌਬਸ ਦਾ ਨਾਮ ਕੌਣ ਨਹੀਂ ਜਾਣਦਾ ਐਪਲ ਦੀ ਬਾਇਚੰਸ ਗੱਲ ਆਈ ਐਪਲ ਨੂੰ ਕ੍ਰੀਏਟ ਕਰਨ ਵਾਲਾ ਉਹਦੀ ਬੇਟੀ ਨੇ ਇੱਕ ਬੁੱਕ ਲਿਖੀ ਰੀਸੈਂਟਲੀ ਬੁੱਕ ਪੜਨ ਵਾਲੀ ਉਹ ਉਹ ਦੱਸਦੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਸਟੀਵ ਜੌਬ ਦੀ ਬੇਟੀ ਹੈ ਪਰ ਕਿੰਨਾ ਸਮਾਂ ਉਹ ਹਾਈਡ ਕਰਕੇ ਰੱਖਿਆ ਕਿ ਉਹ ਉਹਦੇ ਬਾਰੇ ਜ਼ਿਕਰ ਹੀ ਨਹੀਂ ਆਇਆ ਉਮਰ ਦੇ ਖਿਰਲੇ ਪੜਾ ਦੇ ਵਿੱਚ ਸਟੀਵ ਨੇ ਉਹਨੂੰ ਕੁਝ ਪਰਕ ਸਤੇ ਆਪਣੀ ਬੇਟੀ ਹੋਣ ਦੇ ਨਾਤੇ ਉਹ ਵੀ ਕਿਤੇ ਤੁਹਾਡੀ ਮੈਚਿਓਰਿਟੀ ਆਈ ਤਾਂ ਕਰਕੇ ਪਰ ਉਹਦੇ ਚ ਉਹਦੀ ਸਫਰਿੰਗ ਵੀ ਹੈ ਉਹ ਸਾਰਾ ਕੁਝ ਪਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜਦੋਂ ਤੁਹਾਡੇ ਬਾਪ ਦਾ ਨਾਮ ਤੁਹਾਡੇ ਨਾਲ ਨਹੀਂ ਹੈਗਾ ਹਾਊ ਡੂ ਯੂ ਫੀਲ ਦੈਟ ਟਾਈਮ ਇਹ ਫੀਲਿੰਗ ਦੇਖੋ ਅੰਦਰ ਜਦੋਂ ਸੰਸਾਰੀ ਤੌਰ ਤੇ ਦੇਖਦੇ ਨਾ ਅਸੀਂ ਮਹਾਰਾਜ ਬਿਆਨ ਕਰਦੇ ਬਾਪ ਦਿਸੈ ਵੇ ਜਾਤ ਨਾ ਹੋਏ ਆਪ ਇਹ ਅਹਿਸਾਸ ਕਰੋ ਕਿਸੇ ਆਈਡੀਓਲੋਜੀ ਤੋਂ ਟੁੱਟੇ ਹੋਏ ਲੋਕ ਜਿਹੜੇ ਲਾਈ ਲੱਗ ਨੇ ਫੈਸ਼ਨ ਪ੍ਰਸਤ ਗਏ ਚ ਨੇ ਇਹ ਮਾਇਆ ਵੀ ਬਿਰਤੀ ਆ ਸਾਰੇ ਜਿਵੇਂ ਕਿਸੇ ਨੇ ਕਿਹਾ ਉਵੇਂ ਹੀ ਆਪਣੇ ਆਪ ਨੂੰ ਢਾਲ ਲਿਆ ਸਭ ਤਰੀਕੇ ਦੇ ਨਾਲ ਟੁੱਟੇ ਹੋਏ ਪੱਤੇ ਜਿਵੇਂ ਅੱਪ ਬਾਤ ਕਰ ਰਹੇ ਸੀਗੇ ਕੋਈ ਵਜੂਦ ਨਹੀਂ ਰਹਿੰਦਾ ਕੁਝ ਨਾ ਕੁਝ ਬੇਸ ਤੇ ਬੰਦੇ ਦਾ ਹੋਣਾ ਚਾਹੀਦਾ ਜੇ ਬੇਸ ਬਣਾਉਣਾ ਤੇ ਫਿਰ ਇਹ ਹੈ ਯਾ ਤੇ ਰੱਬ ਦੇ ਵਿਸ਼ਵਾਸ ਦਾ ਬਣਾਓ ਯਾ ਰੱਬ ਦੇ ਅਵਿਸ਼ਵਾਸ ਦਾ ਬਣਾਓ ਜਾਂ ਕਿਸੇ ਵੈਲਿਊ ਬੇਸ ਸਿਸਟਮ ਨੂੰ ਅਡਾਪਟ ਕਰੋ ਐਥਿਕਸ ਬੇਸ ਸਿਸਟਮ ਨੂੰ ਅਡਾਪਟ ਕਰੋ ਜਾਂ ਬਿਲਕੁਲ ਅਨੈਥਿਕਲ ਹੋ ਜਾਓ ਜਿਹੜਾ ਵਿੱਚ ਵਿਚਾਲਾ ਹੈ ਨਾ ਕਲੇਵਰ ਮਾਈਂਡ ਹੋ ਕੇ ਕਿਤੇ ਐਥਿਕਸ ਦੀ ਗੱਲ ਕਰ ਲਈ ਕਿਤੇ ਅਨੈਥਿਕਲ ਪ੍ਰੈਕਟਿਸ ਹੋ ਗਈ ਸ਼ੁਰੂ ਇਸ ਉਪ ਇਹ ਹਿਪੋਕ੍ਰੇਸੀ ਹੈ ਇਹ ਮਾਰਦੀ ਹੈ ਜਾਂ ਬਿਲਕੁਲ ਬਲੈਕ ਹੋ ਜਾਓ ਜਾਂ ਬਿਲਕੁਲ ਵਾਈਟ ਹੋ ਜਾਓ ਇਹ ਨਹੀਂ ਹੋਣਾ ਵਿਚਕਾਰ ਰਹਿਣਾ ਗ੍ਰੇ ਪਾਰਟ ਦੇ ਵਿੱਚ ਇੱਥੇ ਫਿਰ ਆਪਣੇ ਆਪ ਨੂੰ ਬੰਦਾ ਪਹਿਚਾਨਣਾ ਭੁੱਲ ਜਾਂਦਾ ਹੂ ਐਮ ਆਈ ਮੈਂ ਕੌਣ ਆ ਗੁਰੂ ਬਾਬਾ ਜੀ ਬਿਆਨ ਕਰਦੇ ਬਣ ਕੇ ਵੇਖ ਤੂੰ ਤੂੰ ਕਾਲਾ ਬਣ ਕੇ ਵੇਖ ਸਾਰਾ ਤੈਨੂੰ ਖੁਦ ਤੋਂ ਆਪਣੇ ਆਪ ਨੂੰ ਨਫ਼ਰਤ ਹੋ ਜਾਏਗੀ ਫਿਰ ਫਿਰ ਬਾਬਾ ਜੀ ਕਹਿੰਦੇ ਕਿਉਂ ਨਹੀਂ ਚਿੱਟਾ ਬਣ ਜਾਂਦਾ ਕਿਉਂ ਨਹੀਂ ਉਹ ਬਣ ਜਾਂਦਾ ਜਿਹੜਾ ਬਣਨਾ ਚਾਹੀਦਾ ਤੈਨੂੰ ਇੱਥੇ ਕਿਹਾ ਬਾਪ ਦਿਸ ਹੈ ਜਿਨੂੰ ਜਿਹਦੇ ਅਕਾਲ ਪੁਰਖ ਵਹਿਗੁਰੂ ਦਾ ਪੈ ਪਾਵ ਸੁਰਤ ਚ ਹੈ ਵੇ ਜਾਤ ਨਾ ਹੈ ਉਹ ਵੇ ਜਾਤ ਨਹੀਂਗਾ ਫਿਰ ਉਹਨੂੰ ਬਿਜਾਤਾ ਨਹੀਂ ਕਿਹਾ ਜਾ ਸਕਦਾ ਫਿਰ ਕਿਹਾ ਏਕ ਏਕ ਕੋ ਨਾ ਹੀ ਕੋਪ ਨਾ ਹੀ ਪੋ ਕੋ ਏਕ ਏਕ ਕੋ ਇੱਕ ਨੂੰ ਮੰਨਣ ਵਾਲੇ ਨੂੰ ਕਿਸੇ ਦਾ ਪੋ ਨਹੀਂ ਰਹਿ ਜਾਂਦਾ ਸਰਲ ਭਾਵ ਵਿੱਚ ਕਿਹਾ ਜਾਏ ਜਿਹਦਾ ਜ਼ਮੀਰ ਜਾਗਦਾ ਜਦੀ ਕੌਨਸ਼ੀਅਸ ਅਲਾਈਵ ਆ ਉਹਨ ਕੋਈ ਡਰਨੇਗਾ ਹਾਂ ਚੈਲੰਜਸ ਨਾ ਆਉਣ ਐਸਾ ਨਹੀਂ ਹੋ ਸਕਦਾ ਚੈਲੰਜਸ ਆਉਣਗੇ ਡਿਫਰੈਂਟ ਡਿਫਰੈਂਟ ਲੈਵਲ ਤੇ ਆਉਣਗੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵੀ ਹੋਣਗੀਆਂ ਪਰ ਐਂਡ ਗੋਲ ਜਿਹੜਾ ਆ ਉਹ ਇਹ ਹੈ ਕਿ ਨਿਡਰ ਹੋਏਗਾ ਭੈ ਦੇ ਵਿੱਚ ਜੀਵਨ ਨਹੀਂ ਜੀਏਗਾ ਤੇ ਕਿਤਨੇ ਕਿਤੇ ਸਟੈਂਡ ਲੈਣਾ ਪੈਗਾ ਬੰਦੇ ਨੂੰ ਜਿਵੇਂ ਅੱਜ ਸਮਾਜ ਵਿੱਚ ਮੈਂਟਲ ਹੈਲਥ ਦੀ ਇੰਨੀ ਗੱਲ ਹੋ ਰਹੀ ਹੈ ਕਹਿਣਾ ਪੈਗਾ ਬੰਦੇ ਨੂੰ ਕੁਝ ਵੱਡੇ ਅਸੂਲਾਂ ਦੀ ਗੱਲ ਐਥਿਕਸ ਦੀ ਗੱਲ ਜਾਂ ਕੌਂਸ਼ੀਅਸ ਲੈਵਲ ਤੇ ਅਵੇਅਰ ਹੋਣ ਦੀ ਗੱਲ ਬੰਦਾ ਭੁੱਲ ਗਿਆ ਜੀ ਉਹ ਹੋਏਗਾ ਲੌਂਗ ਰਨ ਦੇ ਵਿੱਚ ਬੰਦੇ ਦੀ ਨੀਂਦ ਨਹੀਂ ਖਰਾਬ ਹੋਏਗੀ ਦਿਨ ਦਾ ਚੈਨ ਨਹੀਂ ਖਰਾਬ ਹੋਏਗਾ ਕੋਈ ਅੰਦਰ ਦਾ ਐਸਾ ਸਟ੍ਰੈਸਰਸ ਐਸਾ ਸਟ੍ਰੈਸਰ ਜਿਹੜਾ ਜ਼ਿੰਦਗੀ ਨੂੰ ਬਿਲਕੁਲ ਡਿਸਟਰੈਕਟ ਕਰ ਰਿਹਾ ਡਿਸਟਰਬ ਕਰ ਰਿਹਾ ਉਹ ਨਹੀਂ ਹੋਏਗਾ ਦੋਗਲੀ ਜ਼ਿੰਦਗੀ ਨਹੀਂ ਹੋਏਗੀ ਉਦੀ ਬਾਤ ਕੀਤੀ ਗੁਰੂ ਬਾਬਾ ਜੀ ਨੇ ਕਹਿਣ ਲੱਗੇ ਕਿ ਸੱਚੇ ਹੈ ਇੱਕ ਇੱਕਉ ਨਾਹੀਂ ਪਾਉ ਕੋਏ ਕਰਤਾ ਕਰੇ ਕਰਾਵੈ ਸੋਏ ਫਿਰ ਸਮਝ ਵੀ ਆ ਗਈ ਕਰਨ ਕਰਾਉਣ ਵਾਲਾ ਆਪੇ ਆਪ ਆਪਾ ਕੌਣ ਹੈ ਮੇਰੇ ਵਰਗੀ ਮਿੱਟੀ ਕਿੰਨੀ ਆਈ ਕਿੰਨੀ ਧੁਰਗੀ ਧਰਤੀ ਦੇ ਉੱਤੇ ਕਦ ਲਈ ਝੂਠ ਬੋਲਣਾ ਹੈ ਕਦ ਲਈ ਪਖੰਡ ਕਰਨਾ ਹੈ ਕਦ ਲਈ ਇਹੋ ਜੀ ਚੀਜ਼ ਦੇ ਮਗਰ ਭਜਣਾ ਹੈ ਜਿਹੜੀ ਚੀਜ਼ ਸਦਾ ਰਹਿਣੀ ਨਹੀਂ ਨੀਗੀ ਸੋ ਇੱਕ ਹਾਇਰ ਲੈਵਲ ਦੀ ਬੰਦੇ ਨੂੰ ਜਿਹੜੀ ਹੈ ਉਹ ਸਿੱਖਿਆ ਆ ਗਈ ਤੋਂ ਉਹਨੂੰ ਅਪਣਾਉਣ ਲੱਗ ਗਿਆ ਬਿਲਕੁਲ ਅਖੀਰਲੇ ਪੱਦੇ ਤੇ ਆ ਜਾਂਦੇ ਹਾਂ ਸ਼ਬਦ ਮੂਏ ਮਨ ਮੰਨ ਤੇ ਮਾਰਿਆ ਯੂ نو ਹੂ ਕੈਨ ਟੀਚ ਅਸ ਸਪਿਰਚੁਅਲਿਟੀ ਬਾਬਾ ਜੀ ਇਸ ਵੈਰੀ ਕਲੀਅਰ ਬਾਬਾ ਜੀ ਕਹਿੰਦੇ ਕੋਈ ਬਾਹਰੋਂ ਤੈਨੂੰ ਮੀਡੀਏਟਰ ਆ ਕੇ ਤੈਨੂੰ ਰੂਹਾਨੀਅਤ ਨਹੀਂ ਪੜਾ ਸਕਦਾ ਇਹ ਭੁਲੇਖਾ ਹੀ ਤੈਨੂੰ ਜਿੱਦਨ ਪੜਾਉਣਾ ਹੈ ਤੇਰੇ ਮਨ ਨੇ ਤੈਨੂੰ ਪੜਾਉਣਾ ਹੈ ਮਨ ਮੰਨ ਤੇ ਮਾਨਿਆ ਮਨ ਦੇ ਵਿੱਚ ਥਾਟਸ ਲਗਾਤਾਰ ਚੱਲਦੇ ਨੇ ਚੰਗੇ ਵੀ ਚੱਲਦੇ ਨੇ ਮਾੜੇ ਵੀ ਚੱਲਦੇ ਨੇ ਸਿਰਫ ਇਤਨਾ ਹੈ ਕਿ ਜਿਹੜਾ ਥਾਟ ਪ੍ਰਭਾਵਿਤ ਜ਼ਿਆਦਾ ਹੋ ਗਿਆ ਜਾਂ ਜਿਹੜੇ ਥਾਟ ਦਾ ਜ਼ੋਰ ਪੈ ਗਿਆ ਉਹ ਥਾਟ ਸਾਡੇ ਅੰਦਰ ਤੁਰਦਾ ਲਗਾ ਜਾਏਗਾ ਇੱਥੇ ਆ ਸੀਿੰਗ ਹੈਗੀ ਏ ਸਾਡੇ ਅਬਰੀਜਨਲ ਲਿਟਰੇਚਰ ਦੇ ਵਿੱਚ ਕੈਨੇਡੀਅਨ ਅਬਰੀਜਨਲ ਲਿਟਰੇਚਰ ਦੇ ਵਿੱਚ ਕਿਉਂਕਿ ਉਹਨਾਂ ਦਾ ਵਾ ਵਾਸਤਾ ਬੜਾ ਵੁਲਫ ਦੇ ਨਾਲ ਰਿਆ ਜਿਹੜੇ ਆ ਲੱਕੜ ਬੱਗੇ ਆ ਭੇੜੀ ਆ ਹੁੰਦੇ ਨੇ ਤੇ ਵੁਲਫ ਦੇ ਵਿੱਚ ਬਲੈਕ ਵੁਲਫ ਜਿਹੜਾ ਹੈਗਾ ਉਹ ਨਮਾੜਾ ਮੰਨਿਆ ਜਾਂਦਾ ਹੈ ਤੇ ਉਹ ਵਾਈਟ ਵਨ ਨੂੰ ਜਿਹੜਾ ਸਲੇਟੀ ਜਿਹਾ ਹੁੰਦਾ ਉਹਨੂੰ ਚੰਗਾ ਮੰਨਦੇ ਨੇ ਤੇ ਉਹ ਕਹਿੰਦੇ ਕਿ ਦਾਦਾ ਆਪਣੇ ਪੋਤੇ ਨੂੰ ਕਹਿ ਰਿਹਾ ਹੈ ਕਿ ਸਾਡੇ ਅੰਦਰ ਦੋ ਵੌਇਸਸ ਨੇ ਐਂਡ ਦੋ ਬੋਥ ਵੌਇਸਸ ਆਰ ਕਮਿੰਗ ਫਰੋਮ ਵੁਲਫ ਐਂਡ ਦੋਜ਼ ਆਰ ਵਨ ਇਜ਼ ਬਲੈਕ ਐਂਡ ਵਨ ਇਜ਼ ਵਾਈਟ ਬਲੈਕ ਬਲੈਕ ਫੋਰਸਸ ਨੂੰ ਲੀਡ ਕਰਦਾ ਹੈ ਮਾੜੇ ਪਾਸੇ ਨੂੰ ਵਾਈਟ ਚੰਗੀਆਂ ਫੋਰਸਸ ਨੂੰ ਲੀਡ ਕਰਦਾ ਐਂਡ ਬੋਥ ਵੌਇਸਸ ਆਰ ਕਮਿੰਗ ਸੇਮ ਟਾਈਮ ਫਰਮ ਇਨਸਾਈਡ ਅਸ ਹੁਣ ਡਿਪੈਂਡ ਕਰਦਾ ਅਸੀਂ ਕਿਹੜੀ ਵੌਇਸ ਜਿਹੜੀ ਹੈ ਉਹ ਸੁਣਨੀ ਹੈ ਪੋਤਾ ਸਾਰੀ ਗੱਲ ਸੁਣਦਾ ਹੈ ਤੇ ਪੋਤਾ ਆਪਣੇ ਫਾਦਰ ਆਪਣੇ ਗ੍ਰੈਂਡਪਾ ਨੂੰ ਪੁੱਛਦਾ ਆ ਕਹਿੰਦਾ ਕਿ ਓਕੇ ਮੈਂ ਤੇ ਉਹ ਸੁਣਾਗਾ ਜਿਹੜੀ ਵੌਇਸ ਜ਼ਿਆਦਾ ਉੱਚੀ ਹੋਏਗੀ ਜ਼ਿਆਦਾ ਲਾਊਡ ਹੋਏਗੀ ਸੋ ਵਿਚ ਵੌਇਸ ਵਿਲ ਬੀ ਮੋਰ ਲਾਊਡ ਕੰਪੈਰੀਟਿਵਲੀ ਅਦਰਸ ਹੋਫਰ ਨੂੰ ਜਵਾਬ ਦਿੰਦਾ ਹੈ ਉਹ ਕਹਿੰਦਾ ਉਹ ਵੋਇਸ ਜਿਆਦਾ ਲਾਊਡ ਹੋਏਗੀ ਜਿਸ ਵਲਫ ਨੂੰ ਤੋ ਜਿਆਦਾ ਫੀਡ ਕਰੇਗਾ ਜਿਹਨੂੰ ਜਿਆਦਾ ਫੀਡ ਕਰੇਗਾ ਉਹਦੀ ਵੋਇਸ ਵੱਡੀ ਹੋ ਜਾਏਗੀ ਇਸ ਕਰਕੇ ਦੀ ਸੰਗਤ ਇਹ ਇਹਦਾ ਪ੍ਰਭਾਵ ਹੈ ਮਨੁੱਖ ਦੇ ਵਾਸਤੇ ਇੰਨਾ ਹੀ ਹੈ ਜੋ ਫੀਡ ਕਰੋਗੇ ਅੰਦਰ ਉਹ ਵੋਇਸ ਵੱਧ ਹੀ ਜਾਏਗੀ ਜੇ ਰੂਹਾਨੀ ਤੌਰ ਤੇ ਅਧਿਆਤਮਿਕ ਤਲ ਤੇ ਸਪਿਰਚੁਅਲ ਸਾਈਡ ਤੋਂ ਲਿਟਰੇਚਰ ਪੜੋਗੇ ਸੰਗਤ ਕਰੋਗੇ ਉਹ ਵੋਇਸ ਵੱਡੀ ਹੋ ਜਾਏਗੀ फिर मन अपनी का आप कहना शुरू करेगा नहीं 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 बैड डीट्स नो नो वी शुड नॉट एक्सरसाइज एट ऑल लाइंग इज नॉट ए गुड वर्चू इट्स इट्स ए काइंड ऑफ फ्ला और सोर्ट ऑफ वीकनेस ऑफ आवर लाइफ ना इस पास नहीं जाना चाहिए फिर हौली हौली करके आंता है की फॉलो करना चाहिए बंदा कंपैशनेट होना चाहिए ਬੰਦੇ ਨੂੰ ਇੰਟੈਗ੍ਰਿਟੀ ਨਾਲ ਜੀਣਾ ਚਾਹੀਦਾ ਹੈ। ਪ੍ਰੂਫਲਨੈਸ ਹੋਣੀ ਚਾਹੀਦੀ ਹੈ। ਇੱਥੋਂ ਫਿਰ ਬੰਦਾ ਮਜ਼ਬੂਤ ਹੁੰਦਾ ਹੈ। ਇਹੀ ਸੁਖ ਦਿੰਦੀ ਹੈ ਚੀਜ਼। ਬਾਕੀ ਬੰਦਾ ਸੋਚੇਗਾ ਕਿ ਕੰਫਰਟ ਸੁਖ ਲੈ ਕੇ ਆਵੇਗਾ। ਨਹੀਂ ਨਹੀਂ, ਕੰਫਰਟ ਤੇ ਡਰ ਲੈ ਕੇ ਆਉਂਦਾ ਹੈ। ਜਿੰਨਾ ਮੈਂ ਕੰਫਰਟ ਜ਼ਿਆਦਾ ਫੀਲ ਕਰ ਰਿਹਾ ਉਹਨਾਂ ਡਰ ਵੱਦੀ ਜਾਂਦਾ ਹੈ ਕਿ ਆਈ ਡੋਨਟ ਵਾਂਟ ਟੂ ਬੀ અનਕੰਫਰਟੇਬਲ। ਕਿਉਂਕਿ ਉਹ ਕੰਫਰਟੇਡ ਰਹਿਣ ਦੀ ਜਾਂਚ ਹੋ ਗਈ ਹੈ। ਹੁਣ ਤੇ ਹੁਣ ਤੇ ਅਨਕੰਫਰਟੇਬਲ ਨਹੀਂ ਸਕਦਾ ਮੈਂ। ਜਿਹੜਾ ਸੈਲਫ ਕੌਨਫੀਡੈਂਸ ਆ ਇਹ ਬੰਦੇ ਨੂੰ ਵਿਸ਼ਵਾਸ ਤੋਂ ਲੈਵਲ ਲੈ ਕੇ ਆਉਂਦਾ ਆ ਤੇ ਬਾਬਾ ਜੀ ਬਿਆਨ ਕਰਦੇ ਇਹ ਤੇ ਫਿਰ ਮਨ ਹੀ ਮੰਨਦਾ ਮਨ ਜਦੋਂ ਨਾ ਚੀਜ਼ਾਂ ਦਾ ਗਾਹਕ ਬਣ ਜਾਂਦਾ ਸ਼ੁਦਾਈ ਹੋ ਜਾਂਦਾ ਉਹਨੂੰ ਜਦੋਂ ਇਹਦਾ ਜਨੂਨ ਆ ਜਾਂਦਾ ਹੈ ਪੈਸ਼ਨੇਟ ਹੋ ਜਾਂਦਾ ਹੈ ਫਿਰ ਉਹ ਬਾਕੀ ਛੋਟੀਆਂ ਮੋਟੀਆਂ ਚੀਜ਼ਾਂ ਦਾ ਅਸਰ ਵੀ ਨਹੀਂ ਕਬੂਲਦਾ ਛੇਤੀ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਬਦ ਮੋਏ ਸ਼ਬਦ ਦੇ ਜ਼ਰੀਏ ਮਾੜਾਪਨ ਘਟਿਆ ਮਰਿਆ ਮਨ ਮੰਨ ਤੇ ਮਾਰਿਆ ਠਾਕ ਰਹੇ ਮਨ ਸੱਚ ਹੈ ਧਾਰਿਆ ਥੱਕ ਰਿਹਾ ਮਨ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਇਹ ਜਿਹਨੂੰ ਕਹਿ ਲੋ ਕਿ ਵੌਂਡਰਿੰਗ ਜਿਹੜੀ ਹੈ ਮਾਈਂਡ ਵੌਂਡਰਿੰਗ ਇਹ ਨਹੀਂ ਸਟਾਪ ਕਰ ਰਹੀ ਅੱਜ ਬੱਚਿਆਂ ਦੇ ਕੋਲ ਜਿੰਨੇ ਰਿਸੋਰਸਸ ਨੇ ਮਤਲਬ ਮੈਂ ਖੁਦ ਸਾਈਕੋਲੋਜੀ ਦੇ ਫੀਲਡ ਦੇ ਤੁਹਾਨੂੰ ਬਿਆਨ ਕਰਾਂ देयर आर ਸੋ ਮਨੀ ਯੂਨੀਵਰਸਿਟੀਆਂ ਈਵਨੋ ਫਾਰਮਲ ਐਜੂਕੇਸ਼ਨ ਦੀ ਡਿਮਾਂਡ ਨਹੀਂ ਕਰਦੀਆਂ ਸਿੱਧਾ ਕੋਈ ਸ਼ਖਸ ਜਾ ਕੇ ਇੱਕ ਆ ਕੋਈ 2-3000 ਵਰਡ ਦਾ ਉਹਨਾਂ ਨੂੰ ਪੂਰਾ ਆਰਟੀਕਲ ਲਿਖ ਕੇ ਦੇ ਦੇ ਕਿ ਮੇਰੇ ਕੋਲ ਆ ਕੈਪੇਬਿਲਿਟੀ ਹੈ ਤੇ ਮੈਂ ਤੁਹਾਡੇ ਪੋਸਟ ਗ੍ਰੈਜੂਏਟ ਇਸ ਪ੍ਰੋਗਰਾਮੇ ਜਾਣਾ ਚਾਹੁੰਦਾ ਵਾ ਉਹ ਹੈਪੀਲੀ ਇਨਵਾਈਟ ਕਰ ਦੇਣਾ ਆਜਾ ਕੋਈ ਕੋਈ ਦਿੱਕਤ ਹੀ ਨਹੀਂ ਹੈ ਇਹਦਾ ਮਤਲਬ ਹੈ ਫਾਰਮਲ এডੂਕੇਸ਼ਨ ਹੈ ਉਹਨੂੰ ਬਾਈਪਾਸ ਕਰ ਦਿੰਦੇ ਲੋਕ ਪਰ ਕਿੰਨੇ ਲੋਕ ਕਰ ਸਕਦੇ ਨੇ ਇੱਥੇ ਤੇ ਫਾਰਮਲ এডੂਕੇਸ਼ਨ ਵਿੱਚ ਜਿਹੜਾ ਲੋਕਾਂ ਨੂੰ ਪਾਉਨੇ ਆ ਸੀ ਉਹ ਲੋਕ ਵਿਚਾਰੇ ਸਟੈਪ ਬਾਈ ਸਟੈਪ ਜੋ ਪੜਾਇਆ ਜਾਂਦਾ ਉਹਨੂੰ ਹੀ ਪ੍ਰੋਪਰ ਨਹੀਂ ਕਰ ਪਾਉਂਦੇ ਮੈਂ ਖੁਦ ਆਪਣੇ ਹੱਥਾਂ ਨਾਲ ਪਤਾ ਨਹੀਂ ਕਿੰਨੇ ਬੱਚਿਆਂ ਦੇ ਲੈਟਰ ਲਿਖੇ ਨੇ ਜਿਨ੍ਹਾਂ ਦੇ ਕੋਲ ਅਕਾਡੈਮਿਕ ਸਟ्रेस ਹੈਂਡਲ ਨਹੀਂ ਹੋਇਆ ਤੇ ਉਹ ਉਹ ਕੁਝ ਗ੍ਰੇਸ ਮੰਗ ਰਹੇ ਨੇ ਆਪਣੇ ਸਕੂਲ ਦੇ ਵਿੱਚ ਉਹ ਆਰ ਨੋਟ ਕੈਪेबल ਟੂ ਡੂ आवर ਐਗਜ਼ਾਮ ਸੋ ਪਲੀਜ਼ ਐਕਚੁਅਲੀ ਸ਼ੋਸ ਸਮ ਸੋਰਟ ਆਫ ਮਰਸੀ ਟੂ ਅਸ ਇਹ ਬਾਤ ਹੋ ਰਹੀ ਹੈ ਲਗਾਤਾਰ ਇਹ ਇਹ ਚੀਜ਼ ਇਹ ਕਿੱਥੋਂ ਆ ਰਹੀ ਹੈ ਦੁਜੇ ਵਿੱਚ ਦੋ ਹੋਰ ਸਪੋਜ਼ ਕਰੋ 100 ਬੱਚਿਆਂ ਦੀ ਕਲਾਸ ਆ ਇਕੱਲਾ ਬੱਚਾਵੇਂ ਕਿਵੇਂ ਕਹਿ ਸਕਦਾ ਹੈ ਕੁਝ ਟਿਸ਼ੂ ਹੋ ਰਿਹਾ ਨਾ ਕਿਤੇ ਨਾ ਕਿਤੇ ਪਿੱਛੋਂ ਬੜਾ ਬ੍ਰਾਈਟ ਸੀਗਾ ਮਾਈਂਡ ਵਾਉਂਡਰਿੰਗ ਮਨ ਦੇ ਵਿੱਚ ਸਪਰੈਸਿਆ ਐਨ ਐਂਗਜ਼ਾਇਟੀ ਹੈ ਡਿਊ ਟੂ ਦੈਟ ਰੀਜ਼ਨ ਕਨਸੈਂਟ੍ਰੇਸ਼ਨ ਨਹੀਂ ਬਿਲਟ ਹੋ ਰਹੀ ਜੀ ਜਿਹੜੀ ਕਰਨ ਵਾਲੀ ਹੈ ਮੈਂ ਤੇ ਕਰ ਨਹੀਂ ਪਾ ਰਿਹਾ ਅੱਛਾ 4 ਘੰਟੇ ਸੋਸ਼ਲ ਮੀਡੀਆ ਤੇ ਲਗਾ ਸਕਣਾ ਜਾ ਕੇ 2 ਘੰਟੇ ਆਪਣੀ ਟੈਕਸਟ ਬੁੱਕ ਤੇ ਕੰਮ ਨਹੀਂ ਕਰ ਸਕਦਾ ਵਾਟ ਇਜ਼ ਦਿਸ ਸਮਥਿੰਗ ਇਜ਼ ਰੌਂਗ ਮੇਰੇ ਨਾਲ ਇਹਨੇ ਲੌਜੀਕ ਤੇ ਆ ਕੇ ਪੂਰੀ ਤਰ੍ਹਾਂ ਆਰਗੂਮੈਂਟੇਟਿਵ ਵੇਦ ਨਾਲ ਲੜ ਸਕਦਾ ਆ ਹੱਦ ਹੋ ਗਈ ਆਪਣੇ ਪ੍ਰੋਫੈਸਰ ਨੂੰ ਜਾ ਕੇ ਆਪਣਾ ਕੇਸ ਨਹੀਂ ਦੱਸ ਸਕਦਾ ਆਉ ਕ ਮਾਈਂਡ ਵਾਂਡਰਿੰਗ ਹੈ ਲੈਕ ਆਫ ਸੈਲਫ ਕੰਫੀਡੈਂਸ ਯਾਰ ਇਥੇ ਬਾਬਾ ਜੀ ਨੇ ਬਿਆਨ ਕੀਤਾ ਠਾਕ ਰਹੇ ਰੁਕ ਗਿਆ ਹੁਣ ਉਹਦੇ ਚ ਇੱਕ ਠਹਿਰਾ ਆ ਗਿਆ ਐਬਿਲਿਟੀ ਵੱਧ ਗਈ ਮਨ ਸੱਚੇ ਤਾਰਿਆ ਉਹ ਸੱਚ ਦੇ ਨੇੜੇ ਆ ਗਿਆ ਆ ਔਰ ਨਾ ਸੋਚਿਆ ਗੁਰੂ ਕੋ ਵਾਰਿਆ ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਹੋਰ ਕੁਝ ਨਹੀਂ ਸੋਚਦਾ ਸਭ ਕੁਝ ਕਹਿ ਕੇ ਮੈਂ ਆਪਣੇ ਗੁਰੂ ਤੋਂ ਵਾਰਨੇ ਜਾਣਾ ਗੁਰੂ ਤੇਰਾ ਸ਼ੁਕਰਗੁਜ਼ਾਰ ਕਰਾਂ ਮੈਂ ਤੂੰ ਇਸ ਕਾਬਲ ਬਣਾ ਦਿੱਤਾ ਮੈਨੂੰ ਅੰਤਲੀ ਲਾਇ ਨਾਨਕ ਨਾਮ ਰਤ ਤੇ ਨਸਤਾਰਿਆ ਹੈ ਨਾਨਕ ਜਿਹੜੇ ਨਾਮ ਵਿੱਚ ਰਤ ਗਏ ਨਾ ਪੂਰੀ ਤਰ੍ਹਾਂ ਉਸ ਨਿਰੰਜਨ ਵਿੱਚ ਚਲੇ ਗਏ ਉਹ ਨਸਤਾਰਿਆ ਗਏ ਉਹਨਾਂ ਦਾ ਉਤਰ ਗਏ ਇਹ ਪੋਸਿਬਿਲਿਟੀ ਖਤਮ ਹੋ ਗਈ ਕਿ ਦੇ ਕੈਨ ਸਿੰਕ ਇਨ ਦ ਵੀਕਨੈਸਸ ਆਫ ਹਿਊਮਨ ਬਿਹੇਵੀਅਰ ਨੋ ਦੇ ਵਿਲ ਕਮ ਆਊਟ ਆਫ ਐਕਚੁਅਲੀ ਐਵਰੀ ਟਾਈਪ ਆਫ ਬੈਡ ਡੀਡਸ অর ਫਲਾਸ অর ਵੀਕਨੈਸਸ ਤੇ ਜਦੋਂ ਫਿਰ ਬਾਹਰ ਆਉਣਗੇ ਵਟ ਐਵਰ ਦੇ ਕੋ ਨਾ ਐਕਸਰਸਾਈਜ਼ ਦੈਟ ਇਜ਼ ਇੰਟੈਗ੍ਰਿਟੀ ਉਹ ਹੈ ਸੱਚਿਆਰਤਾ ਉਹਦੀ ਬਾਤ ਇਹ ਸ਼ਬਦ ਨੇ ਕੀਤੀ ਹੈ ਜਿੱਦੀ ਵਿਚਾਰ ਸੇ ਕਰ ਰਹੇ ਸੀ ਕਿ ਅੱਜ ਵਾਸਤੇ ਇਸ ਬਾਬਤੀ ਕਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੇ ਅਰਦਾਸ ਦੇ ਨਾਲ ਹੀ ਸਮਾਪਨ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ